ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅਕਾਲੀ ਵਰਕਰ ਨੇ ਆਮ ਤੌਰ 'ਤੇ ਦੂਸਰੀਆਂ ਪਾਰਟੀਆਂ ਦੇ ਵਰਕਰ ਵੀ ਸਤਿਕਾਰ ਵਜੋਂ ਆਵਾਜ਼ੀ ਪੰਜਾਬ ਕਹਿੰਦੇ ਆ। ਉਹ ਤਾਂ ਇਹ ਵੀ ਕਹਿੰਦੇ ਵੀ ਕੌਮ ਹੈ, ਗਦਾਰ ਨੇ ਜੀ ਇਹ। ਹਰਿਮੰਦਰ ਸਾਹਿਬ, ਅਸੀਂ ਤਾਂ ਨਹੀਂ ਢਾਇਆ। ਨਿਊ ਸਟਾਰ ਆਪਰੇਸ਼ਨ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਆ ਜੀ। ਚਿੱਠੀਆਂ ਕਹਿੰਦੇ ਇੱਥੋਂ ਲਿਖ ਦਿੰਦੇ ਸੀਗੇ, ਹਮੇਸ਼ਾ ਡਰ ਇਹ ਸੀਗਾ ਵੀ ਕਿਤੇ ਪਿੰਡਰਾਂ ਵਾਲੇ ਕਿਤੇ ਉੱਪਰ ਨਾ ਆ ਜਾਣ, ਲੀਡਰ ਨਾ ਬਣ ਜਾਣ, ਇਸ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਹੈ ਜੀ। ਜਦੋਂ ਸੰਤ ਜਰਨੈਲ ਸਿੰਘ ਉਹਨਾਂ ਦੀ ਰਿਹਾਈ ਹੋਈ, ਉਸ ਵੇਲੇ ਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਾਲ ਨਹੀਂ ਲੈ ਕੇ ਆਇਆ? ਨਾਲ ਤਾਂ ਜੀ ਮੋਦੀ ਸਾਹਿਬ ਨੂੰ ਵੀ ਫਿਰ ਲਿਆਉਂਦੇ ਰਹੇ ਬਾਦਲ ਸਾਹਿਬ ਸਟੇਜਾਂ ਦੇ ਉੱਤੇ ਜੀ। ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਦੇ ਕਦੇ ਪਿੱਛੇ ਨਹੀਂ ਹਟਿਆ। ਇਜ਼ਹਾਰ ਆਲਮ ਵਰਗਿਆਂ ਨੂੰ ਆਲਮ ਸੈਨਾ ਬਣਾ ਕੇ ਜਿਨ੍ਹਾਂ ਨੇ ਘਾਣ ਕੀਤਾ, ਉਹਨਾਂ ਨੂੰ ਤਗਮੇ ਵੀ ਜੀ ਬਾਦਲ ਸਾਹਿਬ ਨੇ ਦਿੱਤੇ ਆ ਜੀ। ਜਦੋਂ ਤੁਸੀਂ ਗੱਠਜੋੜ ਚਲਾਉਂਦੇ ਆ ਜੀ, ਉਸ ਵੇਲੇ ਗੱਠਜੋੜ ਦੇ ਧਰਮ ਦੇ ਵਿੱਚ ਸਾਰੀਆਂ ਗੱਲਾਂ ਤੁਸੀਂ ਆਪਣੀਆਂ ਨਹੀਂ ਪੂਰੀਆਂ ਕਰ ਸਕਦੇ, ਸਾਰੀਆਂ ਦੂਜੇ ਦੀ ਨਹੀਂ ਪੂਰੀਆਂ ਕਰ ਸਕਦੇ। ਤੁਸੀਂ ਤਾਂ ਕਿਹਾ ਜੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਿਆ, ਆ ਸਮਝੌਤਾ ਹੋ ਗਿਆ ਜੀ ਸਿਧਾਂਤਾਂ ਨਾਲ? ਕੋਈ ਸਮਝੌਤਾ ਨਹੀਂ। ਹਾਂਜੀ, ਪਰ ਇਜ਼ਹਾਰ ਆਲਮ ਤਾਂ ਜੀ ਅਕਾਲੀ ਦਲ ਦੇ ਵਿੱਚ ਵੀ ਸ਼ਾਮਿਲ ਹੋ ਜਾਂਦੇ ਜੀ। ਮੈਂ ਕਿਹਾ ਜੀ ਅਕਾਲੀ ਦਲ ਸ਼ਾਮਿਲ ਹੋਏ, ਅਸੀਂ ਫੈਸਲੇ ਨਹੀਂ ਸਹਿਮਤ ਹੈਗੇ। ਆਮ ਆਦਮੀ ਪਾਰਟੀ ਜਾਂ ਕਾਂਗਰਸ ਸਾਰੇ ਉਹ ਕਹਿੰਦੇ ਜੀ ਬੇਆਦਮੀ ਆ, ਇਹਨਾਂ ਦੇ ਡਿਪਟੀ ਸੀ ਐਮ ਸੀਗੇ ਜੀ, ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਗੋਲੀ ਕਿਹਨੇ ਚਲਾਈ ਅਣਪਛਾਤੀ ਪੁਲਿਸ ਦੇ ਉੱਤੇ। ਜਿਹੜਾ ਸੰਭੂ ਬਾਰਡਰ 'ਤੇ ਪਰਚਾ ਹੋਇਆ ਉੱਥੇ ਅਣਪਛਾਤੀ ਨਹੀਂ ਲਿਖਿਆ ਗਿਆ? ਸੁਖਵੀਰ ਸਿੰਘ ਬਾਦਲ ਨੂੰ ਫੜ ਕੇ ਜੇਲ੍ਹ 'ਚ ਨਹੀਂ ਦੇ ਸਕੇ, ਜੇ ਤੁਸੀਂ ਕਿਸੇ ਅਕਾਲੀ ਨੂੰ ਜੇਲ੍ਹ 'ਚ ਨਹੀਂ ਦੇ ਸਕੇ ਤਾਂ ਫਿਰ ਇਹਦਾ ਮਤਲਬ ਸਿਆਸਤ ਉੱਤੇ ਹੋਰ ਹੈਗੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਤਿੰਨ ਕੋਠੀਆਂ ਦੇ ਵਿੱਚ, ਤਿੰਨਾਂ ਕੋਠੀਆਂ ਦੇ ਵਿੱਚ ਮੇਰੇ ਨਾਲ ਸਵੇਰੇ ਚੱਲੋ, ਬਿਨਾਂ ਦੱਸੇ ਜਾਵਾਂਗੇ। ਤਿੰਨੇ ਕੋਠੀਆਂ 'ਚ ਲਗਾਤਾਰ ਖੰਡ ਪਾਠ ਸਾਹਿਬ ਚੱਲਦੇ ਆ, ਤਿੰਨ ਦਿੱਲੀ 'ਚ ਵੀ ਚੱਲਦੇ ਆ, ਚੰਡੀਗੜ੍ਹ 'ਚ ਵੀ ਚੱਲਦੇ, ਉੱਥੇ ਵੀ ਚੱਲਦੇ ਆ। ਜੇ ਪੰਥ ਦੀ ਗੱਲ ਕਰਦੀ ਆ, ਜੇ ਪੰਜਾਬੀਅਤ ਦੀ ਗੱਲ ਕਰਦੀ ਆ, ਜੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੀ ਗੱਲ ਕਰਦੀ, ਸ਼੍ਰੋਮਣੀ ਅਕਾਲੀ ਦਲ ਕਰਦਾ। ਲੋਕ ਤਾਂ ਕਹਿੰਦੇ ਜੀ ਕਿ ਪਾਰਟੀ ਨਹੀਂ ਮਾੜੀ, ਅੱਜ ਵੀ ਲੋਕ ਹਰੇ ਕਹਿ ਰਹੇ। ਉਹ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਆਇਆ ਜੀ, ਉਹ ਕਹਿੰਦੇ ਮੈਂ ਤਾਂ ਖੁਦ ਅਕਾਲੀ ਆ, ਇਹ ਤਾਂ ਅਕਾਲੀ ਦਲ ਨਾ ਕਹੋ ਬਾਦਲ ਕੇ ਕਹੋ, ਇਹਨਾਂ ਨੂੰ ਬਾਦਲ ਕੇ ਦਾ ਟੋਲ ਲਾਓ ਕਹਿੰਦੇ। ਕੁਲਤਾਰ ਸਿੰਘ ਸੰਧਵਾਂ ਦਾ ਦਾਦਾ ਗਿਆਨੀ ਜੈ ਸਿੰਘ ਕਾਂਗਰਸ ਦਾ ਮੁੱਖ ਮੰਤਰੀ ਗਿਆ, ਹਿੰਦੁਸਤਾਨ ਦਾ ਰਾਸ਼ਟਰਪਤੀ ਗਿਆ, ਇੰਦਰਾ ਗਾਂਧੀ ਨੇ ਬਣਾਇਆ। ਅਕਾਲੀ ਦਲ 'ਚ ਤਾਂ ਉਹਦੇ ਪਰਿਵਾਰ ਦਾ ਇੱਕ ਮੈਂਬਰ ਵੀ ਨਹੀਂ ਕਦੇ ਰਿਹਾ। ਇਹ ਲੋਕ ਤਾਂ ਕਹਿੰਦੇ ਆ ਜੀ, ਲੋਕ ਤਾਂ ਕਹਿੰਦੇ ਉਹ ਤਾਂ ਟੋਪੀ ਵਾਲੇ ਆ ਜੀ, ਤੁਸੀਂ ਤਾਂ, ਤੁਹਾਨੂੰ ਤਾਂ ਪੱਗਾਂ ਵਾਲੇ ਪੰਥ ਕਹਿ ਦਿੰਦਾ, ਉਹ ਕਹਿੰਦੇ ਤੁਹਾਡੀ ਸਰਕਾਰ ਦੇ ਵਿੱਚ ਕਿਉਂ ਨਹੀਂ ਜੀ ਬੰਦੀ ਸਿੰਘ ਬਾਹਰ ਆਏ ਜੀ? ਭਾਈ ਅੰਮ੍ਰਿਤਪਾਲ ਸਿੰਘ ਐਨਐਸ 'ਚ ਬੰਦ ਆ ਜੀ, ਕਿਹੜੀ ਸਰਕਾਰ ਨੇ ਬੰਦ ਕੀਤੇ? ਝਾੜੂ ਸਰਕਾਰ ਨੇ। ਇਸ ਕਰਕੇ ਮੈਂ ਛੱਡ ਕੇ ਮਦਦ ਕੀਤੀ ਜਾ ਸਕਦੀ ਸੀ ਜੀ, ਸਾਡੇ ਖਾਲੜਾ ਦੀ ਵਾਰੀ ਕੀ ਮਜ਼ਦੂਰੀ ਸੀ ਸਾਡੀ। ਕੋਈ ਬੰਦਾ ਜਿਹੜਾ ਗੁਰੂ ਘਰ ਨੂੰ ਕਦੋਂ ਪੰਗਾ ਲਊਗਾ, ਉਹ ਬੰਦਾ ਕਦੇ ਵੀ ਗੁਰੂ ਨਾਲ ਮੱਥਾ ਲਾ ਕੇ ਕਦੇ ਸੁਖੀ ਨਹੀਂ ਸੌਂ ਸਕਦਾ, ਕਦੇ ਚੜ੍ਹਦੀ ਕਦੇ। ਇਹੀ ਗੱਲ ਤੁਹਾਡੇ ਤੇ ਵਿਰੋਧੀ ਕਹਿੰਦੇ ਆ ਜੀ, ਉਹ ਕਹਿੰਦੇ ਮੱਥਾ ਲਾਇਆ ਸੀ ਬੇਅਦਬੀਆਂ ਕਰਵਾਈਆਂ ਸੀ। ਅਸੀਂ ਕਾਲ ਤਖਤ ਸਾਹਿਬ ਦਾ, ਸੁਣੋ ਮੇਰੀ ਗੱਲ, ਗੁਰੂ ਗ੍ਰੰਥ ਸਾਹਿਬ ਦਾ ਵੀ ਅੱਜ ਦੇਖ ਲਓ ਅਕਾਲੀ ਦਲ ਕਿੱਥੇ ਆ। ਅਕਾਲੀ ਫੁੱਲਾ ਸਿੰਘ ਕੀ ਸਜ਼ਾ ਦਿੰਦਾ ਜੀ ਸੌਦਾ ਸਾਧ ਨੂੰ? ਹੁਣ ਮੈਂ ਸੁਣੋ, ਮਾਫੀ ਦਿੰਦਾ ਜਾਂ ਸਜ਼ਾ ਦਿੰਦਾ ਜੀ? ਕਿਹੜਾ ਜੀ? ਕਈ ਮਾਮਲਿਆਂ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਵੀ ਨਹੀਂ ਬੋਲਦੀ ਜੀ। ਕਿਹੜੇ ਮਾਮਲੇ 'ਚ ਨਹੀਂ ਬੋਲੀ ਜੀ? ਜਿਹੜੀ ਕਈ ਹੁਣ ਉਹ ਗਰੀਬ ਵਿਚਾਰੇ ਨੇ, ਉੱਥੇ ਮੈਂ ਆਪਾਂ ਪਿੱਛੇ ਮੁੱਦਾ ਚੁੱਕਿਆ ਜੀ, ਉਹ ਆਈਸਕ੍ਰੀਮ ਦੀ ਲਗਾਉਣੀ ਸੀਗੀ, ਉਹਨਾਂ ਰੇਹੜੀ ਵਿਚਾਰੇ ਗਰੀਬ ਨੇ ਜੀ, ਹੋਲੇ ਮਾਲੇ ਦੇ ਦਿਨਾਂ ਦੇ, ਕਹਿੰਦੇ ਜੀ 20,000 ਰੁਪਇਆ ਦੇ ਦਿਓ ਜੀ। ਉਹ ਕਹਿੰਦਾ ਮੈਂ ਤਾਂ 6 ਕਰੋੜ ਦਾ ਠੇਕਾ ਸ਼੍ਰੋਮਣੀ ਕਮੇਟੀ ਦਿੱਤਾ ਹੋਇਆ ਜੀ। ਮੈਂ ਜਵਾਬ ਦਿੰਦਾ ਜੀ ਉਸ ਗੱਲ ਦਾ, ਸਾਰੇ ਦੁਕਾਨਦਾਰ ਇੱਕ ਗੱਲ ਲਿਖ ਕੇ ਦੇ ਦੇਣ ਕਿ ਜਿੰਨੇ ਦੀ ਚੀਜ਼ ਆਉਂਦੀ ਆ ਅਸੀਂ 10% ਤੋਂ ਵੱਧ ਮੁਨਾਫਾ ਨਹੀਂ ਲਵਾਂਗੇ। ਸੁਖਵੀਰ ਬਾਦਲ ਸਾਹਿਬ ਆਪਣੇ ਹੋਟਲ ਦੇ ਉੱਤੇ ਲਿਖ ਕੇ ਦੇ ਦੇਣਗੇ ਜੀ ਇਹੀ? ਤੁਸੀਂ ਮੇਰੀ ਗੱਲ ਸਮਝੋ ਵੀ ਮੈਂ 10% ਮੁਨਾਫਾ ਲਊਗਾ ਜੀ? ਸੁਖਵੀਰ ਦਾ ਹੋਟਲ 7 ਲੱਖ ਦਾ ਹੋਟਲ ਦਾ ਕਮਰਾ ਜੀ, ਇਹ ਮਾਦਾ ਕਰਨ
ਜੇ 100 ਦੀ ਚੀਜ਼ 110 ਦੀ ਵੇਚਣ ਦੀ ਸੰਗਤ ਨੂੰ ਜੇ ਉਹ ਆ ਗਏ ਜੀ ਸਾਡੇ ਕੋਲ ਵਾਅਦਾ ਕਰਨ ਦੇ ਲਈ, ਮੈਂ ਆਉਂਦੇ ਨਹੀਂ ਜੀ। ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀਰੋ, ਜੇ ਤੁਸੀਂ ਕੌਮ ਨੂੰ ਸਮਰਪਿਤ ਹੋ, ਜੇ ਤੁਸੀਂ ਕੌਮੀ ਤੁਹਾਡੇ ਜਜ਼ਬਾ ਹੈ, ਸੰਸਥਾਵਾਂ 'ਚ ਉਣਤਾਈਆਂ ਹੋ ਸਕਦੀਆਂ, ਢੱਕਣ ਦੀ ਕੋਸ਼ਿਸ਼ ਕਰਿਆ ਕਰੋ ਜਿੱਥੇ ਤੱਕ ਹੁੰਦਾ। ਮੈਨੂੰ ਹੁਣ ਤੁਹਾਡੇ ਵੀਡੀਓ ਜਿਹਨਾਂ ਨੇ ਦੇਖਣੀ ਆ, ਪਤਾ ਨਹੀਂ ਮੈਨੂੰ ਕਿੰਨਿਆਂ ਨੇ ਮਾਂ ਦੀਆਂ ਗਾਲਾਂ ਕੱਢੀਆਂ, ਕਿੰਨੇ ਨੇ ਭੈਣਾਂ ਦੀਆਂ ਗਾਲਾਂ, ਕਿੰਨੇ ਨੇ ਗਦਾਰ ਕਹਿਣਾ, ਕਿਸੇ ਨੇ ਬਾਲ ਦਾ ਕੁਛ ਕਹਿਣਾ, ਕਿਸੇ ਨੇ ਕੁਛ ਕਹਿਣਾ, ਪਰ ਗੱਲ ਰੱਖਣੀ ਸਾਡਾ ਫਰਜ਼ ਬਣਦਾ। ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਅਜਿਹੇ ਦੇ ਵਿੱਚ ਜਿੱਥੇ ਉਮੀਦਵਾਰਾਂ ਦੇ ਵੱਲੋਂ ਜ਼ੋਰ ਲਗਾਇਆ ਜਾ ਰਿਹਾ, ਉੱਥੇ ਨਾਲ ਹੀ ਪਾਰਟੀ ਦੇ ਵਰਕਰ, ਆਗੂ ਜਾਂ ਫਿਰ ਜ਼ਿਲ੍ਹਾ ਪ੍ਰਧਾਨ ਜਾਂ ਹੋਰ ਅਹੁਦੇਦਾਰ ਵੀ ਉੱਚ ਕੋਟੀ ਦਾ ਜ਼ੋਰ ਲਗਾ ਰਹੇ ਨੇ। ਗੱਲ ਕਰੀਏ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ, ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜੀ ਇਸ ਵਕਤ ਗਹਿਮਾ ਗਹਿਮੀ ਚੱਲ ਰਹੀ ਹੈ, ਉਮੀਦਵਾਰਾਂ ਦਾ ਐਲਾਨ ਜਿਹੜਾ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਮਾਲਵਿੰਦਰ ਸਿੰਘ ਕੰਗ ਹੋਰਾਂ ਨੂੰ ਟਿਕਟ ਦਿੱਤੀ ਗਈ ਹੈ, ਅਤੇ ਵਿਜੇਇੰਦਰ ਸਿੰਗਲਾ ਕਾਂਗਰਸ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ, ਅਤੇ ਭਾਜਪਾ ਦੇ ਵੱਲੋਂ ਹਲੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਨੇ ਗੁਰਿੰਦਰ ਸਿੰਘ ਗੋਗੀ ਜੀ, ਸ਼੍ਰੋਮਣੀ ਅਕਾਲੀ ਦਲ ਤੋਂ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ, ਤੁਹਾਡਾ ਵੀ ਲੰਮਾ ਤਜ਼ਰਬਾ, ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹੇ ਹੋ, ਅਤੇ ਕਿਵੇਂ ਲੱਗਦਾ ਇਸ ਸੀਟ ਨੂੰ, ਖਾਸ ਤੌਰ 'ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਹੈ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ, ਜਿਹੜੇ ਦੇਖ ਰਹੇ ਆ ਸਾਰਿਆਂ ਨੂੰ ਜੀਓ ਐਂ ਕਹਿਣਾ ਜੀ, ਔਰ ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ, ਅਨੰਦਪੁਰ ਸਾਹਿਬ ਹਲਕਾ ਜੀ ਜਿਹੜਾ ਸਿੱਖ ਕੌਮ ਦੀ ਸਾਜਨਾ ਭੂਮੀ ਹੈ, ਜਿੱਥੇ ਖਾਲਸਾ ਪੰਥ ਸਾਜਿਆ ਗਿਆ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੰਬਾ ਸਮਾਂ ਆਪਣੇ ਪਰਿਵਾਰ ਸਮੇਤ ਬਿਤਾਇਆ ਜੀ, ਉਸ ਹਲਕੇ ਦੀ ਚੋਣ ਇੱਕ ਬਹੁਤ ਮਹੱਤਵਪੂਰਨ ਚੋਣ ਆ, ਕਿਉਂਕਿ ਦੁਨੀਆਂ ਦੇ ਨਕਸ਼ੇ 'ਤੇ ਅਨੰਦਪੁਰ ਸਾਹਿਬ ਦਾ ਨਾਂ ਹੈ, ਦੁਨੀਆਂ ਦੇ ਨਕਸ਼ੇ 'ਤੇ ਸਿੱਖ ਕੌਮ ਦਾ ਨਾਂ ਆ, ਇਸ ਕਰਕੇ ਇਹਦੀ ਮਹੱਤਤਾ ਹੋਰ ਵੱਧ ਜਾਂਦੀ ਹੈ ਬਾਕੀ ਲੋਕ ਸਭਾ ਦੇ ਨਾਲੋਂ। ਔਰ ਇਸ ਹਲਕੇ ਤੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅਕਾਲੀ ਵਰਕਰ ਨੇ ਆਮ ਤੌਰ 'ਤੇ ਦੂਸਰੀਆਂ ਪਾਰਟੀਆਂ ਦੇ ਵਰਕਰ ਵੀ ਸਤਿਕਾਰ ਵਜੋਂ ਬਾਜੀ ਪੰਜਾਬ ਕਹਿੰਦੇ ਆ, ਕਿਉਂਕਿ ਉਹਨਾਂ ਨੇ ਬੜਾ ਲੰਬਾ ਸਮਾਂ 3 ਵਾਰੀ ਮੈਂਬਰ ਪਾਰਲੀਮੈਂਟ ਰਹੇ, ਜੋ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਕੌਮ ਦੀ ਗੱਲ ਕੀਤੀ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਹਾੜੇ ਮਨਾਉਣ ਲਈ ਉੱਥੇ ਗੱਲ ਕਰਕੇ ਮਨਾਏ ਗਏ, ਸ਼ਹੀਦ ਊਧਮ ਸਿੰਘ ਦਾ ਬੁੱਤ ਪਾਰਲੀਮੈਂਟ 'ਚ ਲਗਵਾਇਆ ਗਿਆ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ, ਉਸ ਕਰਕੇ ਸਾਰੇ ਇਹਨਾਂ ਨੂੰ ਸਤਿਕਾਰ ਵਜੋਂ ਦੇਖਦੇ ਆ। ਔਰ ਸਾਨੂੰ ਪੂਰਨ ਉਮੀਦ ਆ ਕਿ ਪ੍ਰੋਫੈਸਰ ਸਾਹਿਬ ਇਸ ਵਾਰੀ ਬਹੁਤ ਵੱਡੀ ਗਿਣਤੀ ਨਾਲ ਜਿੱਤ ਪ੍ਰਾਪਤ ਕਰਨ। ਤੁਸੀਂ ਕਿਹਾ ਵੀ ਇਹਨਾਂ ਨੂੰ ਆਵਾਜ਼ੇ ਪੰਜਾਬ ਦੇਖਿਆ ਜਾਂਦਾ ਜਾਂ ਆਵਾਜ਼ੇ ਕੌਮ, ਪਰ ਜਿਹੜੇ ਵਿਰੋਧੀ ਨੇ ਜਾਂ ਹੋਰ ਲੋਕ ਨੇ ਜੀ, ਉਹ ਤਾਂ ਇਹ ਵੀ ਕਹਿੰਦੇ ਵੀ ਕੌਮ ਹੈ ਗਦਾਰ ਨੇ ਜੀ, ਇਹ ਫਕਰੇ ਕੌਮ ਦੇ ਅਵਾਰਡ ਆਪਣੇ ਆਪ ਲੈ ਲਿੱਤੇ ਗਏ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਉਹ ਕਹਿੰਦੇ ਜੀ ਸਿੱਖ ਕੌਮ ਦਾ ਜੇਕਰ ਹੁਣ ਤੱਕ ਕੋਈ ਬੇੜਾ ਬਿਠਾਇਆ, ਸਿੱਖ ਕੌਮ ਅੱਜ ਜਿਹੜੇ ਹਾਲਾਤਾਂ 'ਚੋਂ ਗੁਜ਼ਰ ਰਹੀ ਹੈ ਜੀ, ਲੀਡਰਲੈਸ ਕੌਮ ਸਾਡੀ ਹੋ ਗਈ ਹੈ, ਤਾਂ ਇਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਦਿੱਤੀਆਂ ਹੋਈਆਂ ਲੋਕਾਂ ਨੂੰ ਸਜ਼ਾਵਾਂ ਨੇ ਜੀ? ਨਹੀਂ, ਸਾਨੂੰ ਜਿਹੜਾ ਕਹਿੰਦੇ ਆ ਉਹ ਦੱਸ ਦੇਣ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਨੁਕਸਾਨ ਕੀ ਕੀਤਾ, ਇਹਨਾਂ ਨੇ ਪੰਜਾਬ ਦਾ ਭਲਾ ਕੀ ਕੀਤਾ। ਬੇਅਦਬੀਆਂ ਦੀ ਗੱਲ ਕਰਦੇ ਆ, ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ, ਜੇ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਗਿਆ ਜੀ, ਜੇ ਦਿੱਲੀ 'ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ,
ਜੇ ਸਾਡੀਆਂ ਭੈਣਾਂ ਦੇ ਗਲਾਂ 'ਚ ਸਿੱਖਾਂ ਦੇ ਟਾਇਰ ਪਾ ਕੇ ਸਾੜੇ ਗਏ, ਭੈਣਾਂ ਨੇ ਬਲਾਤਕਾਰ ਕੀਤੇ, ਉਹ ਕਿਹਨੇ ਕੀਤੇ? ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਨੇ ਵੀ ਕੀਤੇ, ਉਹ ਕਾਂਗਰਸ ਪਾਰਟੀ ਦੇ ਵਰਕਰ ਨੇ ਕੀਤੇ, ਕਾਂਗਰਸ ਪਾਰਟੀ ਦੇ ਆਗੂਆਂ ਦੇ ਕਹਿਣ 'ਤੇ ਕੀਤੇ। ਉਸ ਵੇਲੇ ਜਿਹੜਾ ਦੇਸ਼ ਦਾ ਬਾਅਦ 'ਚ ਪ੍ਰਧਾਨ ਮੰਤਰੀ ਬਣਿਆ ਰਾਜੀਵ ਗਾਂਧੀ, ਉਹਦੇ ਇਸ਼ਾਰੇ 'ਤੇ ਹੋਏ ਆ। ਇਸ ਕਰਕੇ ਵੀ ਸਾਨੂੰ ਦੱਸਣ ਸੀ ਵੀ ਅਕਾਲੀਆਂ ਨੇ ਪੰਜਾਬ ਦਾ ਨੁਕਸਾਨ ਕੀ ਕੀਤਾ। ਹਰਿਮੰਦਰ ਸਾਹਿਬ, ਅਸੀਂ ਤਾਂ ਨਹੀਂ ਢਾਇਆ। ਨਿਊ ਸਟਾਰ ਆਪਰੇਸ਼ਨ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਆ ਜੀ। ਚਿੱਠੀਆਂ ਕਹਿੰਦੇ ਇੱਥੋਂ ਲਿਖ ਦਿੰਦੇ ਸੀਗੇ, ਹਮੇਸ਼ਾ ਡਰ ਇਹ ਸੀਗਾ ਵੀ ਕਿਤੇ ਪਿੰਡਰਾਂ ਵਾਲੇ ਕਿਤੇ ਉੱਪਰ ਨਾ ਆ ਜਾਣ, ਲੀਡਰ ਨਾ ਬਣ ਜਾਣ, ਇਸ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਹੈ ਜੀ। ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਸੰਤ ਜਰਨੈਲ ਸਿੰਘ ਸਾਡੀ ਕੌਮ ਦੇ ਸ਼ਹੀਦ ਆ। ਹਾਂਜੀ, ਜਦੋਂ ਕਾਂਗਰਸ ਸਰਕਾਰ ਨੇ ਸੰਤ ਜਰਨੈਲ ਸਿੰਘ ਨੂੰ ਜੇਲ੍ਹ 'ਚ ਬੰਦ ਕੀਤਾ, ਜਦੋਂ ਕੌਮ ਇਕੱਠੀ ਹੋ ਕੇ ਸੰਘਰਸ਼ ਆਰੰਭ ਕੀਤਾ, ਜਦੋਂ ਸੰਤ ਜਰਨੈਲ ਸਿੰਘ ਉਹਨਾਂ ਦੀ ਰਿਹਾਈ ਹੋਈ, ਉਸ ਵੇਲੇ ਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਾਲ ਨਹੀਂ ਲੈ ਕੇ ਆਇਆ? ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਰਚਾ ਸਿੰਘ ਟੌੜਾ, ਉਸ ਵੇਲੇ ਸੰਤ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਗੇ, ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਬਹੁਤ ਵੱਡੀ ਸੰਗਤ ਦੇ ਨਾਲ ਲੈ ਕੇ ਆਏ। ਉਹਨਾਂ ਦੀ ਜਿਹੜੀ ਹੈਗੀ ਇਸ ਹਰੇਕ ਸੰਘਰਸ਼ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ। ਜੇ ਧਰਮ ਯੁੱਧ ਮੋਰਚਾ ਹੋਇਆ ਤਾਂ ਵੀ ਸ਼੍ਰੋਮਣੀ ਅਕਾਲੀ ਦਲ ਸੰਤ ਜਰਨੈਲ ਸਿੰਘ ਉਹਨਾਂ ਨੇ ਇਕੱਠੇ ਹੋ ਕੇ ਲੜਿਆ। ਇਸ ਕਰਕੇ ਦੂਜੇ ਨੂੰ ਬਦਨਾਮ ਕਰਨ ਲਈ, ਆਪਣੇ ਔਗਣ ਆਪਣੇ ਵਿਨਾਸ਼ ਪਾਉਣ ਲਈ ਦੂਜੇ ਨੂੰ ਦੋਸ਼ੀ ਕਹਿਣਾ ਸੁਭਾਵਿਕ ਤੌਰ 'ਤੇ ਹੁੰਦਾ। ਇਸ ਕਰਕੇ ਉਹ ਲੋਕ ਸਾਨੂੰ ਦੋਸ਼ੀ ਗਿਣਦੇ ਆ। ਜਦੋਂ ਕਿ ਜੇ ਨਾਲ ਤਾਂ ਜੀ ਮੋਦੀ ਸਾਹਿਬ ਨੂੰ ਵੀ ਫਿਰ ਲਿਆਉਂਦੇ ਰਹੇ ਬਾਦਲ ਸਾਹਿਬ ਸਟੇਜਾਂ ਦੇ ਉੱਤੇ ਜੀ। ਜਦੋਂ ਸਾਡਾ ਸਮਝੌਤਾ ਸੀ ਜੇ ਮੋਦੀ ਸਾਹਿਬ ਨਾਲ, ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ 'ਤੇ ਕਦੇ ਪਿੱਛੇ ਨਹੀਂ ਹਟਿਆ। ਜੇ 343 ਸਿੱਖ ਜੀ ਜਿਹੜੇ ਕਾਂਗਰਸ ਸਰਕਾਰ ਨੇ ਬਲੈਕਲਿਸਟ ਕੀਤੇ, ਉਹਨਾਂ 'ਚੋਂ 341 ਸਿੱਖਾਂ ਦੀ ਜਿਹੜੀ ਬਲੈਕਲਿਸਟ ਪਾਬੰਦੀ ਜਿਹੜੀ ਹਿੰਦੁਸਤਾਨ 'ਚ ਵੜ ਨਹੀਂ ਸਕਦੇ, ਉਹ ਸ਼੍ਰੋਮਣੀ ਅਕਾਲੀ ਦਲ ਨੇ ਮੋਦੀ 'ਤੇ ਦਬਾਅ ਪਾ ਕੇ ਖਤਮ ਕਰਾਈ। ਜੇ ਸਿੰਘ ਬਾਹਰ ਕਿਉਂ ਨਹੀਂ ਆਏ? ਜੇ ਦਿੱਲੀ ਸਿੱਖਾਂ ਦੀ ਸੁਣੋ ਗੱਲ ਜੀ, ਜੇ ਦਿੱਲੀ ਜਿਹੜੇ ਸਿੱਖਾਂ ਦਾ ਕਤਲੇਆਮ ਹੋਇਆ, ਜੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋਈਆਂ, ਸੱਜਣ ਕੁਮਾਰ ਵਰਗੇ ਜੇਲ੍ਹ 'ਚ ਬੈਠੇ ਆ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਜਨਤਾ ਪਰ ਸਾਂਝ ਦਬਾਅ ਕਰਕੇ ਉਹਨਾਂ ਦੇ ਉੱਤੇ ਰਿਹਾ ਜਿਹੜਾ ਹੈਗਾ, ਉਹਨਾਂ 'ਤੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋਈਆਂ, ਉਹਨਾਂ ਨੂੰ ਮੁਆਵਜ਼ੇ ਮਿਲਣੇ ਸ਼ੁਰੂ ਹੋਏ। ਔਰ ਅਗਲੀ ਗੱਲ ਮੈਂ ਕਹਿ ਦਿਆਂ, ਜੇ ਵਿਰਾਸਤੇ ਖਾਲਸਾ ਬਣਿਆ, ਜੇ ਚੱਪੜ ਚਿੜੀ ਯਾਦਗਾਰ ਬਣੀ ਬਾਬਾ ਬੰਦਾ ਸਿੰਘ ਬਹਾਦਰ ਦੀ, ਜੇ ਸਿੱਖਾਂ ਦੇ ਛੋਟੇ ਘੱਲੂਘਾਰੇ ਦੀ ਯਾਦਗਾਰ ਬਣੀ, ਜੇ ਸਿੱਖਾਂ ਦੇ ਵੱਡੇ ਘੱਲੂਘਾਰੇ ਦੀ ਯਾਦ ਬਣੀ, ਕੀ ਇਹ ਪੰਜਾਬ ਨੂੰ ਬਰਬਾਦ ਕਰਨ ਲਈ ਬਣਾਇਆ? ਸਿੱਖ ਕੌਮ ਨੂੰ ਬਰਬਾਦ ਕਰਨ ਲਈ ਬਣਾਈਆਂ? ਪੁਰਾਤਨ ਇਮਾਰਤਾਂ ਦੀ ਨਵੀਨਤਾ ਵੀ ਤਾਂ ਤੁਹਾਡੀ ਵਾਸਤੇ ਜੀ ਹੋਏ ਜੀ। ਨਹੀਂ ਨਹੀਂ, ਦੇਖੋ ਸੁਣੋ ਮੇਰੀ ਗੱਲ, ਯਾਦਗਾਰਾਂ ਕਾਇਮ ਕਰਨੀਆਂ, ਆਪਣੀ ਕੌਮ ਦੇ ਇਤਿਹਾਸ ਨੂੰ ਦਰਸਾਉਣਾ, ਆਪਣੀ ਕੌਮ ਨੂੰ ਆਉਣ ਵਾਲੇ ਸਮੇਂ 'ਚ ਇਤਿਹਾਸ ਦੱਸਣ ਵਾਲੀ ਬੱਚਿਆਂ ਦੱਸਣ ਲਈ ਯਾਦਗਾਰਾਂ ਕਾਇਮ ਕਰਨੀਆਂ, ਕੀ ਪੰਜਾਬ ਨੂੰ ਬਰਬਾਦ ਕਰਨ ਦੀ, ਸਿੱਖੀ ਨੂੰ ਬਰਬਾਦ ਕਰਨ ਦੀ ਗੱਲ ਹੈ? ਇਸ ਕਰਕੇ ਲੋਕ ਝੂਠੇ ਇਲਜ਼ਾਮ ਲਾਉਂਦੇ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਵੀ ਯਾਦਗਾਰ ਇਹ ਸਰਕਾਰ ਦੇ ਵਿੱਚ ਕਿਸੇ ਹੋਰ ਸਰਕਾਰ 'ਚ ਪੰਜਾਬ 'ਚ ਬਣੀ ਹੈ? ਸਿੱਖਾਂ ਦੀ ਇੱਕ ਵੀ ਯਾਦਗਾਰ, ਸਾਡੇ ਜੰਗੇ ਸ਼ਹੀਦੇ ਜੰਗੀ ਯਾਦਗਾਰ ਜਿਹੜੀ ਜਲੰਧਰ 'ਚ ਬਣੀ ਹੈ ਕਰਤਾਰਪੁਰ 'ਚ, ਉਹਦੇ ਤੁਸੀਂ ਆਪ ਦੇਖਿਆ ਜਾ ਕੇ ਕਿਹੜੇ ਕਿਹੜੇ ਸਿੱਖ ਦਾ ਉੱਥੇ ਇਤਿਹਾਸ ਦਰਜ ਨਹੀਂ ਹੈਗਾ, ਕਿ ਉਹ ਉਸ ਯਾਦਗਾਰ 'ਤੇ ਪਹਿਲਾਂ ਜਾਣ 'ਤੇ ਪਹਿਲਾਂ ਜਿਹੜੇ ਨਹੀਂ ਗਏ ਉਹਨਾਂ ਨੂੰ ਪਤਾ ਕਿ ਸਾਡੇ ਕੌਣ ਕੌਣ ਸ਼ਹੀਦ ਹੋਏ ਆ? ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸੀ, ਸ਼੍ਰੋਮਣੀ ਅਕਾਲੀ ਦਲ ਸਰਕਾਰ ਸੀ, ਫੰਡ ਆਪਣੀ ਸਰਕਾਰ ਦੇ ਵਿੱਚ ਦਬਾਅ ਪਾ ਕੇ ਫੰਡ ਲਿਆ ਕੇ ਉੱਥੇ, ਇਹ ਕਿੱਦਾਂ ਕਹਿ ਸਕਦੇ ਲੋਕ ਵੀ ਜਿਹੜੇ ਹੈਗੇ ਇਹਨਾਂ ਨੇ ਸਰੈਂਡਰ ਕੀਤਾ? ਜੇ ਸਰੈਂਡਰ ਕੀਤਾ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਸਾਨੂੰ ਇਹ ਕਰਨ ਦਿੰਦੀ? ਇਹ ਅਸੀਂ ਦਬਾਅ ਨਾਲ ਕੀਤਾ, ਸਰੈਂਡਰ ਨਹੀਂ ਕਰਕੇ ਕੀਤਾ ਹੈਗਾ, ਕੌਮ ਦੇ ਮਸਲੇ ਜੇ ਹੱਲ ਕਰਵਾਏ ਆ। ਇਹ ਮੋਦੀ ਦੇ ਚਾਹੇ ਬਾਦਲ ਸਾਹਿਬ ਦਾ ਸਰਕਾਰ ਸਮਝ ਲਓ, ਚਾਹੇ ਸ਼੍ਰੋਮਣੀ ਅਕਾਲੀ ਦਲ ਦਬਾਅ ਸਮਝ ਲਓ, ਉਹਨਾਂ ਕਰਕੇ ਹੱਲ ਹੋਇਆ। ਕਹਿਣ ਤਾਂ ਬਹੁਤ ਕੁਛ ਕਹਿੰਦੇ ਆ ਹੁਣ ਜੀ, ਜਿਹੜੇ ਲੋਕ ਕਹਿੰਦੇ ਤਾਂ ਇਹ ਵੀ ਆ ਨਾ ਜੀ, ਵੀ ਇਜ਼ਹਾਰ ਆਲਮ ਵਰਗਿਆਂ ਨੂੰ ਆਲਮ ਸੈਨਾ ਬਣਾ ਕੇ ਜਿਹਨਾਂ ਨੇ ਘਾਣ ਕੀਤਾ,
ਉਹਨਾਂ ਨੂੰ ਤਗਮੇ ਵੀ ਜੀ ਬਾਦਲ ਸਾਹਿਬ ਨੇ ਦਿੱਤੇ ਆ ਜੀ? ਇਹ ਟੋਟਲੀ ਗੱਲ ਗਲਤ ਆ। ਕਿਵੇਂ ਗਲਤ ਆ? ਬਿਲਕੁਲ ਮੈਂ ਦੱਸਦਾ ਕਿੱਦਾਂ ਗਲਤ ਆ। ਜਦੋਂ ਤੁਸੀਂ ਗੱਠਜੋੜ ਚਲਾਉਂਦੇ ਆ ਜੀ, ਉਸ ਵੇਲੇ ਗੱਠਜੋੜ ਦੇ ਧਰਮ ਦੇ ਵਿੱਚ ਸਾਰੀਆਂ ਗੱਲਾਂ ਤੁਸੀਂ ਆਪਣੀਆਂ ਨਹੀਂ ਪੂਰੀਆਂ ਕਰ ਸਕਦੇ, ਸਾਰੀਆਂ ਦੂਜੇ ਦੀ ਨਹੀਂ ਪੂਰੀਆਂ ਕਰ ਸਕਦੇ। ਕੁਛ ਗੱਲਾਂ ਤੁਹਾਨੂੰ ਮੰਨਣੀਆਂ ਪੈਂਦੀਆਂ। ਫਿਰ ਤੁਸੀਂ ਤਾਂ ਕਿਹਾ ਜੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਿਆ, ਆ ਸਮਝੌਤਾ ਹੋ ਗਿਆ ਜੀ ਸਿਧਾਂਤਾਂ ਨਾਲ? ਕੋਈ ਸਮਝੌਤਾ ਨਹੀਂ। ਹਾਂਜੀ, ਇੱਕ ਅਫਸਰ ਨੂੰ ਕਿਤੇ ਨਿਯੁਕਤੀ ਕਰਨੀ, ਉਹ ਕੋਈ ਸਿਧਾਂਤਾਂ ਨਾਲ ਸਮਝੌਤਾ ਨਹੀਂ ਹੁੰਦਾ ਹੈਗਾ। ਉਸ ਅਫਸਰ ਨੂੰ ਅਸੀਂ ਕੋਈ ਪੰਜਾਬ ਦਾ DGP ਨਹੀਂ ਲਾਇਆ, ਜਿਹੜਾ ਸਮੇਹ ਸੈਣੀ ਵੀ ਲੱਗਿਆ, ਉਹ ਜਿਹੜਾ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਗਲਤ ਫੈਸਲਾ ਹੋਇਆ ਸੀ, ਉਸ ਦੀ ਮੈਂ ਜਿਹੜੀ ਹੈਗੀ ਨਿੱਜੀ ਤੌਰ 'ਤੇ ਮੈਂ ਉਸ ਫੈਸਲੇ ਦੇ ਖਿਲਾਫ਼ ਹਾਂ। ਅੱਜ ਵੀ ਮੈਂ ਅਸੀਂ ਮੀਟਿੰਗ 'ਚ ਵੀ ਕਹਿੰਦੇ ਹਾਂ ਕਿ ਫੈਸਲਾ ਗਲਤ ਹੋਇਆ, ਨਹੀਂ ਹੋਣਾ, ਇਕੱਲੇ ਨਹੀਂ ਅਸੀਂ ਕਹਿੰਦੇ, ਪਰ ਉਹ ਪਤਾ ਨਹੀਂ ਕਿਸ ਦਬਾਅ ਥੱਲੇ ਹੋਏ, ਅਸੀਂ ਨਹੀਂ ਜਾਣਦੇ ਹੈਗੇ, ਕਿਉਂਕਿ ਅੱਜ ਪ੍ਰਕਾਸ਼ ਸਿੰਘ ਬਾਦਲ ਇਸ ਸੰਸਾਰ 'ਚ ਨਹੀਂ ਹੈਗੇ। ਮੈਂ ਉਸ ਬਜ਼ੁਰਗ ਦੇ ਜਾਣ 'ਤੇ ਇਹ ਗੱਲ ਕਹਿ ਸਕਦਾ, ਪਰ ਉਹ ਫੈਸਲਾ ਗਲਤ ਸੀਗਾ, ਅਸੀਂ ਉਹਦੀ ਜਿਹੜੀ ਮੈਂ ਫੈਸਲੇ ਦੀ ਪ੍ਰੋੜਤਾ ਨਹੀਂ ਕਰ ਦਿੰਦੇ। ਪਰ ਜਿਹੜੀ ਅੱਜ DGP ਜਦੋਂ ਲੱਗਦਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ, ਫਿਰ ਉਦੋਂ ਤਾਂ ਸਾਹਮਣੇ ਆਉਂਦਾ ਜੀ ਵੀ ਭਗਵੰਤ ਮਾਨ ਦੇ ਉਦੋਂ ਮੁੱਖ ਮੰਤਰੀ ਹੋ ਜਾਂਦੇ ਜੀ, ਨਹੀਂ ਤੁਸੀਂ ਕਹਿੰਦੇ ਜੀ ਵੀ ਉਹ ਸੈਂਟਰ ਕਰਕੇ ਇਜ਼ਹਾਰ ਆਲਮ ਨੂੰ ਸੈਂਟਰ ਦਿੱਤੇ। ਅੱਜ DGP ਲੱਗਿਆ ਹੋਇਆ ਇਹ ਸਿੱਖਾਂ ਦਾ ਕਾਤਲ ਨਹੀਂ? ਜਿੰਨੇ ਅੱਜ ਦੇ DGP ਨੇ ਸਿੱਖਾਂ ਦੇ ਕਤਲ ਕੀਤੇ ਆ, ਚਲੋ ਜਿੰਨੇ, ਮੈਂ ਹੁਣ ਪੂਰੀ ਗੱਲ ਹੋਣ, ਜਿੰਨੇ ਸਿੱਖਾਂ ਦੇ ਕਤਲ ਅੱਜ ਹੋਏ, ਕਤਲੇਆਮ ਅੱਜ ਦੇ DGP ਨੇ ਕੀਤੇ, SSP ਰਹਿੰਦੇ ਹੋਏ, ਜਿੰਨੇ ਕਾਂਗਰਸ ਵੇਲੇ DGP ਵੇਲੇ ਹੋਏ ਆ, ਕੀ ਉਹ ਸਿੱਖਾਂ ਦੇ ਕਾਤਲ ਨਹੀਂ ਸੀ? ਉਹਨਾਂ ਨੂੰ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਤੁਸੀਂ ਇਸ ਇਹਨੂੰ DGP ਬਿਲਕੁਲ ਕਰ ਰਹੇ ਆ ਜੀ, ਪਰ ਤੁਹਾਡੇ ਤੋਂ ਇਸ ਕਰਕੇ ਕਰ ਰਹੇ ਕਿਉਂਕਿ ਤੁਸੀਂ ਪੰਥਕ ਹੋ ਜੀ ਇੱਕ ਤਰ੍ਹਾਂ ਦਾ। ਤੁਸੀਂ ਇਜ਼ਹਾਰ ਆਲਮ ਦੀ ਕੀਤੀ ਬਈ, ਉਹ ਅਲੱਗ ਗੱਲ ਸੀ, ਪਰ ਇਜ਼ਹਾਰ ਆਲਮ ਤਾਂ ਜੀ ਅਕਾਲੀ ਦਲ ਦੇ ਵਿੱਚ ਵੀ ਸ਼ਾਮਿਲ ਹੋ ਜਾਂਦੇ ਆ। ਮੈਂ ਕਿਹਾ ਜੀ ਅਕਾਲੀ ਦਲ ਸ਼ਾਮਿਲ ਹੋਏ, ਅਸੀਂ ਫੈਸਲਾ ਨਹੀਂ ਸਹਿਮਤ ਹੈਗੇ, ਪਾਰਟੀ ਨਹੀਂ ਸਹਿਮਤ, ਕਿਸੇ ਨੇ ਕੀਤਾ, ਜੇ ਕੀਤਾ ਤਾਂ ਗਲਤ ਕੀਤਾ, ਅਸੀਂ ਖੁਦ ਕਹਿੰਦੇ ਇਸ ਗੱਲ ਨੂੰ। ਉਹ ਫੈਸਲਾ ਗਲਤ ਸੀਗਾ, ਗਲਤ ਸੀਗਾ, ਅਸੀਂ ਮੰਨਦੇ ਸੀ ਗੱਲ ਨੂੰ ਜੀ, ਫੈਸਲਾ ਗਲਤ ਸੀ, ਨਹੀਂ ਹੋਣਾ ਚਾਹੀਦਾ, ਪਰ ਪਰਿਵਾਰ ਦੇ ਮੁਖੀ ਤੌਰ 'ਤੇ ਕਈ ਵਾਰੀ ਜਦੋਂ ਪਰਿਵਾਰ ਚਲਾਉਂਦੇ ਹਾਂ ਜੀ, ਸਾਰੀਆਂ ਗੱਲਾਂ ਸਹੀ ਨਹੀਂ ਹੁੰਦੀਆਂ, ਗਲਤ ਹੋ ਜਾਂਦੇ ਫੈਸਲੇ, ਉਹ ਗਲਤ ਹੋਏ ਆ, ਅਸੀਂ ਉਹਨਾਂ ਨੂੰ ਗਲਤ ਕਹਿੰਦੇ ਹਾਂ। ਇਜ਼ਹਾਰ ਆਲਮ ਨੂੰ SMLA ਬਣਾਉਣਾ, ਉਹਦੀ ਮਿਸੇਜ ਨੂੰ ਉਹਨੂੰ ਅਕਾਲੀ ਦਲ ਸ਼ਾਮਿਲ ਕਰਨਾ, ਸਮੇਤ ਸੈਣੀ DGP ਬਣਾਉਣਾ ਗਲਤ ਫੈਸਲਾ ਸੀ, ਅਸੀਂ ਇਹ ਗਲਤ ਫੈਸਲੇ ਦੀ ਜਿਹੜੀ ਹੈਗੀ ਆ, ਅਸੀਂ ਇਹ ਫੈਸਲੇ ਨਾਲ ਸਹਿਮਤ ਨਹੀਂ ਹਾਂ। ਅਤੇ ਹੁਣ ਜਿਹੜੇ ਅਜੋਕੇ ਸਮੇਂ ਦੇ ਵਿੱਚ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਹੁਣ ਤੱਕ ਘੇਰ ਰਹੇ ਆ ਜੀ, ਮਾਲਵਿੰਦਰ ਕੰਗ ਹੋਰੀ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਕਾਂਗਰਸ, ਸਾਰੇ ਉਹ ਕਹਿੰਦੇ ਜੀ ਬੇਅਦਬੀਆਂ ਇਹਨਾਂ ਦੇ DCM ਸੀਗੇ ਜੀ, ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਗੋਲੀ ਕਿਹਨੇ ਚਲਾਈ ਅਣਪਛਾਤੀ ਪੁਲਿਸ ਦੇ ਉੱਤੇ ਜੀ? ਨਹੀਂ, ਮੈਂ ਹੁਣ ਪੁੱਛਣਾ ਚਾਹੁੰਦਾ, ਜਿਹੜੇ ਸਾਡੇ 'ਤੇ ਅਣਪਛਾਤੀ ਪੁਲਿਸ ਕਹਿੰਦੇ ਆ, ਜਿਹੜਾ ਸੰਭੂ ਬਾਰਡਰ 'ਤੇ ਪਰਚਾ ਹੋਇਆ, ਉੱਥੇ ਅਣਪਛਾਤੀ ਨਹੀਂ ਲਿਖਿਆ ਗਿਆ? ਸਾਡੀ ਵਾਰ ਨੂੰ ਪੈਰਾਮੀਟਰ 2 ਹੋ ਗਏ, ਸਾਡੀ ਵਾਰ ਨੂੰ ਉਸ ਵੇਲੇ ਅਣਪਛਾਤੀ ਪੁਲਿਸ, ਜੇ ਅੱਜ ਇੱਥੇ ਪੁਲਿਸ ਪਰਚਾ ਦਰਜ ਕੀਤਾ ਗਿਆ ਇਸੇ ਸਰਕਾਰ 'ਚ, ਹੁਣੇ ਖਨੌਰੀ ਬਾਰਡਰ ਜਿਹੜਾ ਹੋਇਆ ਉੱਥੇ ਵੀ ਤਾਂ ਅਣਪਛਾਤੀ ਲਿਖਿਆ ਗਿਆ? ਉਹਨੂੰ ਕਹਿੰਦੇ ਜੀ ਹਰਿਆਣੇ ਦੀ, ਨਹੀਂ ਹਰਿਆਣੇ ਦੀ ਹੈਗੀ ਆ, ਤੁਸੀਂ ਪਹਿਲਾਂ ਜੇ ਤੁਸੀਂ ਪਛਾਣ ਕੇ ਪਰਚਾ ਕਰ, ਅੱਜ ਜੇ 3 ਮਹੀਨੇ ਹੋ ਗਏ ਉੱਥੇ ਹੋਏ ਨੂੰ, ਅੱਜ ਤੱਕ ਤੁਸੀਂ ਕਿਉਂ ਨਹੀਂ ਪਛਾਣ ਕਰ ਲਈ ਉਹਨਾਂ ਦੀ? ਤੁਹਾਡੇ ਕੋਲ ਸਾਰੀਆਂ ਵੀਡੀਓ ਵਾਇਰਲ ਹੋਈਆਂ, ਸਭ ਕੁਝ, ਹਰੇਕ ਚੀਜ਼ ਹੋਈ ਆ, ਤੁਸੀਂ ਕਿਉਂ ਨਹੀਂ ਸਿੱਟ ਬਣਾ ਕੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ, ਤੁਸੀਂ ਕਿਉਂ ਨਹੀਂ ਉਹਨਾਂ ਦੇ ਨਾਮ ਦਰਜ ਕੀਤੇ? ਪਰ ਮੈਂ ਅਗਲੀ ਗੱਲ ਪੁੱਛਣਾ ਚਾਹੁੰਦਾ, 7 ਸਾਲ ਹੋ ਗਏ ਬੇਅਦਬੀਆਂ 'ਤੇ ਇਹਨਾਂ ਲੋਕਾਂ ਨੂੰ, ਰਾਜਨੀਤੀ ਕਰਦਿਆਂ ਨੂੰ, ਭਾਵੇਂ ਝਾੜੂ ਆ ਭਾਵੇਂ ਕਾਂਗਰਸ ਆ, ਇਹ ਸਾਰਿਆਂ ਨੇ ਮਿਲ ਕੇ ਰਾਜਨੀਤੀ ਕੀਤੀ ਆ। ਅਮਰਿੰਦਰ ਸਿੰਘ ਨੇ ਇਸ ਮੁੱਦੇ 'ਤੇ ਸਰਕਾਰ ਬਣਾਈ, ਸਾਨੂੰ ਸਾਡੀ ਸਰਕਾਰ ਬਣਾਓ, 3 ਮਹੀਨੇ ਦੇ ਵਿੱਚ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ, ਜਿਨ੍ਹਾਂ 'ਚ ਮੁੱਖ ਦੋਸ਼ੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਗਿਆ, ਇਹਨਾਂ ਨੂੰ ਅੰਦਰ ਕਰਾਂਗੇ। 5 ਸਾਲ 'ਚ ਅਮਰਿੰਦਰ ਸਿੰਘ ਅੰਦਰ ਨਹੀਂ ਕਰ ਸਕਿਆ। ਫਿਰ ਝਾੜੂ ਵਾਲਾ ਜਿਹੜਾ ਭਗਵੰਤ ਮਾਨ ਆ, ਇਹ ਦੋਸ਼ ਲਾਉਂਦਾ ਰਿਹਾ ਕਿ ਅਮਰਿੰਦਰ ਸਿੰਘ ਔਰ ਬਾਦਲ ਨਾਲ ਸਮਝੌਤਾ ਹੋ ਗਿਆ, ਮੈਂ ਅੰਦਰ ਕਰਾਂਗਾ। ਕੇਜਰੀਵਾਲ ਵੀ ਤੁਹਾਡੇ ਸਾਹਮਣੇ, ਜਿਹੜਾ ਇਹਨਾਂ ਦਾ ਦਿੱਲੀ ਦਾ ਮੁੱਖ ਮੰਤਰੀ ਆ, ਉਹ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਰਿਹਾ ਕਿ ਜੀ ਮੈਂ 3 ਮਹੀਨੇ ਦੇ ਵਿੱਚ ਇਹ ਸਾਰੇ ਬੇਅਦਬੀ ਦੋਸ਼ੀ ਜੇਲ੍ਹ 'ਚ ਹੋਣਗੇ। ਭਾਈ ਹੁਣ ਤਾਂ 2 ਸਾਲ ਲੰਘ ਗਏ, ਇਹ ਵਾਲੀ ਹੁਣ ਮਹਿੰਦਰਪਾਲ ਬਿੱਟੂ ਇੱਕ ਜਿਹੜਾ ਹੋਰ ਫੜਿਆ ਸੀਗਾ ਹੁਣੇ ਚੰਦ ਦਿਨ ਪਹਿਲਾਂ, ਉਹਦੀ ਜਮਾਨਤ ਵੀ ਕਰਾਤੀ,
ਜਿਹੜਾ ਮੁੱਖ ਦੋਸ਼ੀ ਜਿਹਨੇ ਕਿਹਾ ਕਿ ਰਾਮ ਰਹੀਮ ਨੇ ਸਾਨੂੰ ਹਦਾਇਤਾਂ ਦੇ ਕੇ ਇਹ ਬੇਅਦਬੀਆਂ ਜਿਹੜੀਆਂ ਕਰਵਾਈਆਂ, ਉਹਨੂੰ ਜਿਹੜਾ ਹੈਗਾ ਉਹਨੂੰ ਜ਼ਮਾਨਤ ਵੀ ਮਿਲ ਗਈ। ਅਤੇ ਕੌਣ ਜ਼ਿੰਮੇਵਾਰ ਹੈ, ਕੌਣ ਜ਼ਿੰਮੇਵਾਰ ਹੈ? ਜੇ ਤੁਸੀਂ 7 ਸਾਲ 'ਚ ਸੁਖਬੀਰ ਸਿੰਘ ਬਾਦਲ ਨੂੰ ਫੜ ਕੇ ਜੇਲ੍ਹ 'ਚ ਨਹੀਂ ਦੇ ਸਕੇ, ਜੇ ਤੁਸੀਂ ਕਿਸੇ ਅਕਾਲੀ ਨੂੰ ਜੇਲ੍ਹ 'ਚ ਨਹੀਂ ਦੇ ਸਕੇ, ਤਾਂ ਫਿਰ ਇਹਦਾ ਮਤਲਬ ਸਿਆਸਤ ਉੱਤੇ ਹੋਰ ਹੈਗੀ ਆ। ਉਹ ਕਹਿੰਦੇ ਹੋਰ ਤਾਂ ਸਿਆਸਤ ਤੇ ਰਹੀ ਆ, ਪਰ 4.5 ਸਾਲ ਬਾਅਦ ਸਾਰੇ ਚੱਲ ਜਾਣੇ ਜਾਂਦੇ। ਮੈਂ ਅਗਲੀ ਗੱਲ ਪੁੱਛਣਾ ਚਾਹੁੰਦਾ, 4.5 ਸਾਲ ਬਾਅਦ ਜਦੋਂ ਜਾਣ ਲੱਗਣਗੇ, ਜਾਣ ਲੱਗਣਗੇ, ਵੋਟਾਂ ਲੈਣੇ ਉਦੋਂ ਹੀ ਕਰਨਗੇ, 4.5 ਸਾਲ 'ਚ ਕਿਉਂ ਨਹੀਂ ਕਰਦੇ? ਇਹ ਉਹੀ ਭਗਵੰਤ ਮਾਨ ਹੈ ਨਾ ਜਿਹੜਾ ਕਹਿੰਦਾ ਸੀ ਹਰੇਕ ਫੈਸਲਾ 4.5 ਸਾਲ ਤੋਂ ਕਿਉਂ ਲਾਗੂ ਹੁੰਦਾ, ਕਹਿੰਦਾ ਸੀ ਨਾ ਨੌਕਰੀਆਂ 4.5 ਸਾਲ ਬਾਅਦ ਕਿਉਂ ਦਿੱਤੀਆਂ ਜਾਂਦੀਆਂ, ਬਿਜਲੀ ਦਾ ਜਿਹੜਾ ਮਾਫੀ ਹੈ 4.5 ਸਾਲ ਕਿਉਂ ਦਿੱਤੀ ਜਾਂਦੀ ਹੈ, ਪੇ ਸਕੇਲ 4.5 ਸਾਲ ਕਿਉਂ ਦਿੱਤੇ ਜਾਂਦੇ ਆ? ਪਹਿਲੇ ਦਿੱਤੇ ਦਊਂਗਾ, ਫਿਰ ਜੇ 4.5 ਸਾਲ ਦੇਣਾ ਫਿਰ ਸਿਆਸਤ ਨਹੀਂ ਹੋਰ ਹੈ ਕੀ ਆ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ 3 ਕੋਠੀਆਂ ਦੇ ਵਿੱਚ, 3 ਕੋਠੀਆਂ ਦੇ ਵਿੱਚ ਮੇਰੇ ਨਾਲ ਸਵੇਰੇ ਚੱਲੋ, ਬਿਨਾਂ ਦੱਸੇ ਜਾਵਾਂਗੇ, 3 ਕੋਠੀਆਂ 'ਚ ਲਗਾਤਾਰ ਅਖੰਡ ਪਾਠ ਸਾਹਿਬ ਚੱਲਦੇ ਆ, 3 ਦਿੱਲੀ 'ਚ ਵੀ ਚੱਲਦੇ ਆ, ਚੰਡੀਗੜ੍ਹ 'ਚ ਵੀ ਚੱਲਦੇ, ਉੱਤੇ ਵੀ ਚੱਲਦੇ ਆ। ਜਿਹੜਾ ਪਰਿਵਾਰ ਸਵੇਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਬਿਨਾਂ, ਬਾਣੀ ਪੜ੍ਹੇ ਬਿਨਾਂ ਘਰੋਂ ਨਹੀਂ ਨਿਕਲ ਸਕਦਾ, ਕੀ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਚਾਰ ਕਦੇ ਮਨ 'ਚ ਰੱਖ ਸਕਦਾ? ਇਹ ਰਾਜਨੀਤੀ ਆ, ਮੈਂ ਇਹ ਸਮਝਣ ਦੀ ਗੱਲ ਆ, ਸਿੱਖਾਂ ਨੂੰ ਸਮਝਣਾ ਚਾਹੀਦਾ, ਜਿਹੜਾ ਬੰਦਾ ਗੁਰੂ ਘਰ ਦਾ ਟੁੱਟ ਸ਼ਰਧਾਲੂ ਹੋਵੇ, ਉਹ ਬੰਦਾ ਕੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਚਾਰ ਰੱਖ ਸਕਦਾ? ਨਹੀਂ ਰੱਖ ਸਕਦਾ, ਪਰ ਜਿਨ੍ਹਾਂ ਨੇ ਕਰਵਾਇਆ, ਇਹ ਤਾਂ ਗੱਲ ਆ ਨਹੀਂ ਰਹੀ, ਮੈਂ ਇਹ ਗੱਲ ਸਾਹਮਣੇ ਆਈ ਨਾ, ਮੈਂ ਹੁਣ ਵੀ ਬਾਦਲ ਸਾਹਿਬ ਨੇ ਕਰਵਾਈ, ਗੱਲ ਦਾ ਜਵਾਬ ਦੇਣ ਲੱਗਿਆ, ਪਹਿਲਾਂ ਤਾਂ ਉਹ ਕਹਿੰਦੇ ਸੀ ਇਸੇ ਪਰਿਵਾਰ ਨੇ ਕਰਾਈਆਂ, ਜਦ ਦੇਖਿਆ ਵੀ ਨਹੀਂ ਕੁਝ ਬਣਿਆ, ਹੁਣ ਕਹਿਣ ਲੱਗੇ ਇਹਨਾਂ ਨੇ ਦੋਸ਼ੀ ਫੜੇ ਨਹੀਂ। ਮੈਂ ਇਸ ਗੱਲ ਦਾ ਵੀ ਦਲੀਲ ਪੂਰਵਕ ਜਵਾਬ ਦਿੰਦਾ ਜੀ, ਬੇਅਦਬੀਆਂ ਹੋਈਆਂ, ਧਰਨੇ ਲੱਗੇ, CBI ਦੀ ਜਾਂਚ ਦੀ ਮੰਗ ਕਿਹਨੇ ਕੀਤੀ? ਦੋਨੇ ਪਾਰਟੀਆਂ ਨੇ, ਆਮ ਆਦਮੀ ਪਾਰਟੀ ਨੇ ਵੀ, ਭਗਵੰਤ ਮਾਨ ਵੀ ਧਰਨੇ 'ਚ ਬੈਠੇ ਆ, ਅਮਰਿੰਦਰ ਸਿੰਘ ਵੀ ਧਰਨੇ 'ਚ ਬੈਠਾ, ਇਹਨਾਂ ਦੀ ਸਮੁੱਚੀ ਲੀਡਰਸ਼ਿਪ ਬੈਠੀ ਕਿ ਪੰਜਾਬ ਪੁਲਿਸ ਪ੍ਰਕਾਸ਼ ਸਿੰਘ ਬਾਦਲ ਦੇ ਅਧੀਨ ਆ, ਇਹ ਨਿਰਪੱਖ ਜਾਂਚ ਨਹੀਂ ਕਰ ਸਕਦੀ, CBI ਨੂੰ ਜਾਂਚ ਦਿੱਤੀ ਜਾਵੇ। ਜਿੰਨਾ ਚਿਰ CBI ਨੂੰ ਜਾਂਚ ਨਹੀਂ ਦਿੱਤੀ ਗਈ, ਉਨਾ ਚਿਰ ਇਹ ਲੋਕਾਂ ਨੇ ਧਰਨਾ ਖਤਮ ਨਹੀਂ ਕੀਤਾ। ਜਦੋਂ ਜਾਂਚ CBI ਨੂੰ ਚਲੇਗੀ, ਫਿਰ ਜ਼ਿੰਮੇਵਾਰੀ ਜਾਂਚ ਦੀ ਕਿਹਦੀ? CBI ਦੀ, ਸਟੇਟ ਪਾਸੇ ਹੋ ਗਈ। ਉਦੋਂ ਬਾਅਦ 2-3 ਮਹੀਨੇ ਬਾਅਦ ਸਰਕਾਰ ਬਣ ਗਈ, ਉਹੀ ਜਿਹੜੇ ਲੋਕ ਕਹਿੰਦੇ ਸੀ CBI ਬਾਦਲ ਦੀ ਉਹਦੀ ਹੈਗੀ ਆ, ਪੰਜਾਬ ਪੁਲਿਸ ਬਾਦਲ ਦੀ ਆ, ਉਹ 3 ਮਹੀਨੇ ਬਾਅਦ ਲੱਗ ਗਏ ਕਹਿਣ ਸਰਕਾਰ ਬਣਨ ਤੋਂ ਬਾਅਦ। ਅਸੈਂਬਲੀ ਸੈਸ਼ਨ ਵੀ ਹੋਇਆ ਇਸ ਗੱਲ ਦੇ ਉੱਤੇ, ਉੱਥੇ ਵੀ ਇਹ ਗੱਲ ਕਹੀ ਗਈ ਕਿ ਜੀ ਸਾਨੂੰ ਹੁਣ CBI 'ਤੇ ਭਰੋਸਾ ਨਹੀਂ, CBI ਬਾਦਲ ਦੀ ਹੋਊਗੀ, ਪੰਜਾਬ ਪੁਲਿਸ ਸਾਡੀ ਹੋਊਗੀ। ਜਦੋਂ ਜਾਂਚ ਕਰਨ ਨੂੰ ਜਿਹੜੇ ਸਟੇਟ ਏਜੰਸੀ ਨੂੰ ਟਾਈਮ ਨਹੀਂ ਦਿੱਤਾ ਗਿਆ, ਫਿਰ CBI ਨੂੰ, ਫਿਰ CBI 'ਤੇ ਕੇਸ ਵਾਪਸ ਲੈ ਕੇ ਫਿਰ ਪੰਜਾਬ ਪੁਲਿਸ ਨੂੰ ਦਿੱਤਾ ਗਿਆ, ਜਾਣ ਬੁੱਝ ਕੇ ਕੇਸ ਨੂੰ ਲਟਕਾਇਆ ਜਾ ਰਿਹਾ। ਹੁਣ ਤਾਂ ਸਾਡੀ ਆਮ ਆਦਮੀ ਨਾਲ ਕੋਈ ਸਾਂਝ ਨਹੀਂ ਹੈਗੀ, ਹੁਣ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਗਈ? ਹੁਣ ਕਮਿਸ਼ਨ ਰਿਪੋਰਟ ਕਿਉਂ? ਸਵਾਲ ਹੈ, ਮੇਰਾ ਵੀ ਸਵਾਲ ਇਹਨਾਂ ਨੂੰ ਹੈਗਾ ਕਿ ਹੁਣ ਕਮਿਸ਼ਨ ਦੀ ਰਿਪੋਰਟ ਇਹ ਲਾਗੂ ਕਿਉਂ ਨਹੀਂ ਕਰਦੇ? ਕੋਈ ਉਹ ਨਹੀਂ ਹੈਗਾ ਦੋਸ਼ੀ ਜਿਹੜਾ ਹੈਗਾ, ਉਹ ਸਿਰਸੇ ਵਾਲਾ ਬਾਬਾ ਜੀ, ਇਹਨਾਂ ਦੇ ਬੰਦਿਆਂ ਦੇ ਕਹਿਣ ਦੇ ਮੁਤਾਬਕ ਦੋਸ਼ੀ ਆ। ਅੱਜ ਉਹਨੇ ਬਿਆਨ ਕੋਰਟ 'ਚ ਵੀ ਦੇ ਤੇ, ਸਭ ਕੁਝ ਦੇ ਤੇ, ਫਿਰ ਇਹ ਪੰਜਾਬ ਦੀ ਸਰਕਾਰ ਉਹਨੂੰ ਫੜਨ ਵਾਸਤੇ ਕਿਉਂ ਨਹੀਂ ਅਦਾਲਤ ਮੁਤਾਬਕ ਦੋਸ਼ੀ? ਤੁਹਾਡੇ ਮੁਤਾਬਕ ਨਹੀਂ ਦੋਸ਼ੀ? ਸਾਡੇ ਮੁਤਾਬਕ ਦੋਸ਼ੀ ਆ ਉਹਦੇ, ਜਦ ਇੱਕ ਫਿਰ ਉਹਨੂੰ ਜਿਹੜੀ ਮੁਆਫੀ ਦਿੱਤੀ, ਉਹਨੂੰ ਮੈਂ ਸਹੀ ਮੰਨਦਾ ਜੀ, ਜਿਹੜੀ ਏਜੰਸੀਆਂ ਨੇ ਗੱਲ ਕੀਤੀ ਆ ਵੀ ਇਹ ਏਜੰਸੀਆਂ ਨੇ ਹੁਣ ਇਹਨਾਂ ਏਜੰਸੀਆਂ ਕੀਤੀ ਹੈ ਨਾ ਜੀ, ਜਿਹੜੀ ਇਹਨਾਂ ਇਨਵੈਸਟੀਗੇਸ਼ਨ ਕੀਤੀ ਆ, ਉਸ ਏਜੰਸੀਆਂ ਦੀ ਰਿਪੋਰਟ ਦੇ ਉੱਤੇ ਅੱਜ ਤੱਕ ਕਿਸੇ ਕੋਰਟ ਦੇ ਵਿੱਚ ਇਹਨਾਂ ਨੇ ਉਹਦੀ ਗ੍ਰਿਫਤਾਰੀ ਦੀ ਮੰਗ ਕੀਤੀ ਸਰਕਾਰ ਨੇ? ਮੈਂ ਸਵਾਲ ਨੂੰ ਇਹ ਮੌਜੂਦਾ ਸਰਕਾਰ ਨੂੰ ਪੁੱਛਣਾ ਚਾਹੁੰਦਾ, ਹੁਣ ਤਾਂ ਸਾਡੀ ਅਮਰਿੰਦਰ ਸਿੰਘ ਨਾਲ ਕੋਈ ਸਾਂਝੀ ਜਿਹੜੇ ਇਲਜ਼ਾਮ ਲੱਗਦੇ, ਹੁਣ ਤਾਂ ਕੋਈ ਸਾਡੀ ਸਰਕਾਰ ਨਹੀਂ ਹੈਗੀ, ਹੁਣ ਤਾਂ ਸਾਡੀ ਇਹਨਾਂ ਨਾਲ ਕੋਈ ਸਾਂਝ ਨਹੀਂ, ਜਾਂ ਤਾਂ ਹੁਣ ਇਹ ਕਹਿਣ ਵੀ ਸਾਡੀ ਅਕਾਲੀ ਦਾ ਸਾਂਝ ਆ, ਅਸੀਂ ਅਕਾਲੀ ਨੂੰ ਬਚਾਉਂਦੇ ਹਾਂ, ਜਾਂ ਤਾਂ ਇਹ ਗੱਲ ਕਹਿਣ
ਜੇ ਸਾਡੀ ਸਾਂਝ ਨਹੀਂ ਫਿਰ ਅੱਜ ਤੱਕ ਕਿ 3 ਮਹੀਨੇ ਹੋ ਗਏ ਉਹਨੂੰ ਜੇਲ੍ਹ 'ਤੇ ਬਾਹਰ ਆਏ ਨੂੰ ਵੀ ਜੀ ਉਹਦੇ ਬਿਆਨ ਹੋਏ ਨੂੰ 4 ਮਹੀਨੇ ਤਕਰੀਬਨ ਹੋ ਗਏ ਆ ਅੱਜ ਤੱਕ ਇੱਕ ਕੋਰਟ ਦਾ ਇਤਿਹਾਸ ਦੱਸ ਦਿਓ ਕਿਤੇ ਸਿੰਗਲ ਦਰਖਾਸਤ ਵੀ ਇਹਨਾਂ ਲੋਕਾਂ ਨੇ ਦਿੱਤੀ ਹੋਵੇ ਕਿ ਅਸੀਂ ਆਹ ਬਿਆਨ ਆ ਗਵਾਹ ਦੇ ਜੀ ਇਹਦੇ ਮੁਤਾਬਕ ਅਸੀਂ ਇਹਦੀ ਗ੍ਰਿਫਤਾਰੀ ਜ਼ਰੂਰੀ ਆ ਇਸ ਕਰਕੇ ਸਾਰੀ ਸਿਆਸਤ ਹੋ ਰਹੀ ਆ ਹੋਰ ਕੁਛ ਨਹੀਂ ਹੋ ਰਿਹਾ ਸਾਨੂੰ ਵੀ ਉਨਾ ਹੀ ਦੁੱਖ ਆ ਅਸੀਂ ਬਤੌਰੇ ਸਿੱਖ ਜੇ ਗੁਰਿੰਦਰ ਸਿੰਘ ਦੀ ਕੋਈ ਹਸਤੀ ਆ ਉਸ ਮੇਰੇ ਗੁਰੂ ਦੀ ਬਦੌਲਤ ਹੈ ਜੇ ਜਗਦੀਪ ਸਿੰਘ ਦੀ ਕੋਈ ਹਸਤੀ ਆ ਉਸ ਗੁਰੂ ਦੀ ਬਦੌਲਤ ਹੈ ਕਿਉਂਕਿ ਮੇਰਾ ਪੰਥ ਸਿੱਖ ਪੰਥ ਮੇਰਾ ਗ੍ਰੰਥ ਗੁਰੂ ਗ੍ਰੰਥ ਹੈ ਜੇ ਮੈਂ ਕਿਤੇ ਗੁਰੂ ਦੀ ਬੇਅਦਬੀ ਹੁੰਦੀ ਆ ਤਾਂ ਮੈਨੂੰ ਵੀ ਉਨਾ ਹੀ ਦੁੱਖ ਆ ਜਿੰਨਾ ਜਗਦੀਪ ਸਿੰਘ ਨੂੰ ਦੁੱਖ ਹੈ ਹਰਿਮੰਦਰ ਸਾਹਿਬ ਦੇ ਵਿੱਚ ਕਾਂਗਰਸ ਦੀ ਸਰਕਾਰ 'ਚ ਬੇਅਦਬੀ ਹੋਣ ਦੀ ਕੋਸ਼ਿਸ਼ ਹੋਈ ਹੋ ਹੀ ਗਏ ਸੀ ਜੇ ਨਾ ਰੋਕਿਆ ਜਾਂਦਾ ਅੱਜ ਤੱਕ ਇਹ ਸਰਕਾਰ ਉਸ ਵੇਲੇ ਸ਼੍ਰੋਮਣੀ ਅਕਾਲੀ ਦੀ ਸਰਕਾਰ ਨਹੀਂ ਸੀ ਕਿਆ ਉਸ ਵਿਅਕਤੀ ਨੂੰ ਕਦੇ ਜਿਹੜਾ ਸੌਦਾ ਲਾਇਆ ਜੀ ਦਾ ਉਹਨੂੰ ਲੱਭਣ ਦਾ ਯਤਨ ਕੀਤਾ ਗਿਆ ਕੇਸਗੜ੍ਹ ਸਾਹਿਬ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਸੌਦੇ ਸਾਹ ਦਾ ਚੇਲਾ ਸੀਗਾ ਉਹਦੀ ਸਰਕਾਰ ਇਹ ਸਰਕਾਰ ਦੇ ਵਿੱਚ ਮੇਰੇ ਕੋਲ ਅੱਜ ਵੀ ਚਿੱਠੀ ਪਈ ਹੈ ਇਹਨਾਂ ਦੇ SHO ਨੇ ਲਿਖਿਆ ਉਸ ਦਰਖਾਸਤ ਦੇ ਵਿੱਚ ਕਿ ਜੀ ਇਹਦੇ ਉੱਤੇ ਆਹ ਧਾਰਾ ਬਣਦੀਆਂ ਨਹੀਂ ਇਹ ਡੇਰੇ ਦਾ ਸਮਰਥਕ ਆ ਇਹ ਡੇਰੇ ਦਾ ਸ਼ਰਧਾਲੂ ਆ ਸਮਰਥਕ ਨਹੀਂ ਹੈਗਾ ਕਿ ਸ਼ਰਧਾਲੂ ਬੇਅਦਬੀ ਨਹੀਂ ਕਰ ਸਕਦਾ ਸਾਹਮਣੇ ਮੌਕੇ 'ਤੇ ਫੜਿਆ ਗਿਆ ਉਹ ਫਿਰ ਉਸ ਵੇਲੇ ਸ਼੍ਰੋਮਣੀ ਅਕਾਲੀ ਸਰਕਾਰ ਸੀ ਇਹ ਸਾਰੀਆਂ ਜਾਣ ਬੁੱਝ ਕੇ ਬੇਅਦਬੀਆਂ ਨੂੰ ਮੁੱਦਾ ਬਣਾ ਕੇ ਸ਼੍ਰੋਮਣੀ ਅਕਾਲੀ ਕਿਉਂਕਿ ਸਿੱਖਾਂ ਦੀ ਜੇ ਨੁਮਾਇੰਦਗੀ ਕਰਦੀ ਆ ਜੇ ਸਿੱਖਾਂ ਦੀ ਹੱਕਾਂ ਦੀ ਰਾਖੀ ਕਰਦੀ ਆ ਜੇ ਪੰਥ ਦੀ ਗੱਲ ਕਰਦੀ ਆ ਜੇ ਪੰਜਾਬੀ ਹਿੱਤ ਦੀ ਗੱਲ ਕਰਦੀ ਆ ਜੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੀ ਗੱਲ ਕਰਦੀ ਸ਼੍ਰੋਮਣੀ ਅਕਾਲੀ ਦਲ ਕਰਦਾ ਉਹਨੂੰ ਤੋੜਨ ਲਈ ਖੇਤਰੀ ਪਾਰਟੀ ਨੂੰ ਖਤਮ ਕਰਨ ਲਈ ਇਹ ਸਾਰੀਆਂ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਜਿਨ੍ਹਾਂ ਦੀ ਦਿੱਲੀ 'ਤੇ ਕਮਾਂਡ ਚੱਲਦੀ ਹੈ ਭਾਵੇਂ ਆਮ ਆਦਮੀ ਉਹ ਤੁਹਾਨੂੰ ਪਤਾ ਕੇਜਰੀਵਾਲ ਦੀ ਕਮਾਂਡ ਚੱਲਦੀ ਆ ਜੇ ਭਾਰਤੀ ਜਨਤਾ ਪਾਰਟੀ ਉਹ ਵੀ ਮੋਦੀ ਦੀ ਕਮਾਂਡ ਚੱਲਦੀ ਆ ਜੇ ਕਾਂਗਰਸ ਆ ਤਾਂ ਵੀ ਦਿੱਲੀ ਤੋਂ ਚੱਲਦੀ ਆ ਰਾਹੁਲ ਗਾਂਧੀ ਵਗੈਰਾ ਜੋ ਵੀ ਹੈਗੇ ਆ ਜੀ ਸਭ ਦੀ ਕਮਾਂਡ ਉਹ ਚਾਹੁੰਦੀਆਂ ਨਹੀਂ ਹੈਗੀਆਂ ਕਿ ਖੇਤਰੀ ਪਾਰਟੀਆਂ ਸਰਵਾਈਵ ਕਰਨ ਖੇਤਰੀ ਪਾਰਟੀ ਨੂੰ ਇੰਨਾ ਕੁ ਬਦਨਾਮ ਕਰ ਦਿਓ ਕਿ ਲੋਕ ਇਹਨਾਂ ਦੇ ਕੰਮਾਂ ਨੂੰ ਭੁੱਲ ਜਾਣ ਲੋਕ ਤਾਂ ਕਹਿੰਦੇ ਜੀ ਕਿ ਪਾਰਟੀ ਨਹੀਂ ਮਾੜੀ ਅੱਜ ਵੀ ਲੋਕ ਹਰੇ ਕਹਿ ਰਹੇ ਉਹ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਹੈ ਜੀ ਉਹ ਕਹਿੰਦੇ ਮੈਂ ਤਾਂ ਖੁਦ ਅਕਾਲੀ ਆ ਇਹ ਤਾਂ ਅਕਾਲੀ ਦਲ ਨਾ ਕਹੋ ਬਾਦਲ ਕੇ ਕਹੋ ਇਹਨਾਂ ਨੂੰ ਬਾਦਲ ਕੇ ਦਾ ਟੋਲਾ ਹੋ ਗਿਆ ਕੁਲਤਾਰ ਸਿੰਘ ਸੰਧਵਾਂ ਦਾ ਦਾਦਾ ਯਾਨੀ ਜੇ ਅਸੀਂ ਕਾਂਗਰਸ ਦਾ ਮੁੱਖ ਮੰਤਰੀ ਜੇ ਆ ਹਿੰਦੁਸਤਾਨ ਦਾ ਰਾਸ਼ਟਰਪਤੀ ਗਿਆ ਇੰਦਰਾ ਗਾਂਧੀ ਨੇ ਬਣਾਇਆ ਅਕਾਲੀ ਦਲ 'ਚ ਤਾਂ ਉਹਦੇ ਪਰਿਵਾਰ ਦਾ ਇੱਕ ਮੈਂਬਰ ਵੀ ਨਹੀਂ ਕਦੇ ਰਿਹਾ ਉਹ ਅਕਾਲੀ ਕਿੱਦਾਂ ਹੋ ਗਿਆ ਮੈਂ ਸਾਡੇ ਉਰੇ ਮਸ਼ਹੂਰ ਸਕੂਲ ਆ ਹੋਲੀ ਫੈਮਿਲੀ ਹੋਲੀ ਫੈਮਿਲੀ ਸਕੂਲ ਦੀ ਮੈਂ ਰਜਿਸਟ੍ਰੇਸ਼ਨ ਨਹੀਂ ਕਰਾਈ ਮੈਂ ਉੱਥੇ ਐਡਮਿਸ਼ਨ ਨਹੀਂ ਲਈ ਮੈਂ ਕਿਹਾ ਜੀ ਮੈਂ ਤਾਂ ਹੋਲੀ ਫੈਮਿਲੀ ਸਕੂਲ ਦਾ ਵਿਦਿਆਰਥੀ ਕਿੱਦਾਂ ਬਣ ਜੂੰਗਾ ਜੀ ਬਣ ਸਕਦਾ ਇਹ ਸਿਰਫ ਡਰਾਮੇ ਆ ਇਹ ਲੋਕ ਅਕਾਲੀ ਦਲ ਦੇ ਢਿੱਡੋਂ ਬਰਖਿਲਾਫ ਆ ਢਿੱਡੋਂ ਬਰਖਿਲਾਫ ਆ ਉਸ ਕੁਲਤਾਰ ਸਿੰਘ ਸੰਧਵਾਂ ਨੇ ਇਹਨਾਂ ਦੇ ਵਜ਼ੀਰਾਂ ਨੇ ਜਦੋਂ ਧਰਨਾ ਲੱਗਿਆ ਸੀ ਉੱਥੇ ਬਰਗਾੜੀ ਦੇ ਵਿੱਚ ਇਹਨਾਂ ਲੋਕਾਂ ਨੇ ਜਾ ਕੇ ਕਿਹਾ ਸੀ ਨਾ ਧਰਨਾ ਖਤਮ ਕਰ ਦਿਓ ਇਹਨਾਂ ਨੇ ਸਮਝੌਤਾ ਕਰਕੇ ਆਇਆ ਸੀ ਅਸੀਂ ਦੋਸ਼ੀਆਂ ਨੂੰ ਅੰਦਰ ਕਰਾਂਗੇ ਫਿਰ ਇਹਨਾਂ ਦੇ ਧਰਨੇ ਜਿਹੜੇ ਇਹਨਾਂ ਦੇ ਵਾਅਦੇ ਕਿੱਥੇ ਚਲੇ ਗਏ ਗਏ ਕਿਤੇ ਲੱਭੇ ਕਿਤੇ ਵਾਅਦੇ ਅੱਜ ਬਰਗਾੜੀ ਮੋਰਚਾ ਵੀ ਖਤਮ ਹੋ ਗਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਸੀਗਾ ਅੱਜ ਸਰਕਾਰ ਕਿਹਦੀ ਆ ਸ਼੍ਰੋਮਣੀ ਅਕਾਲੀ ਦਲ ਸਰਕਾਰ ਨਹੀਂ ਆ ਝਾੜੂ ਦੀ ਸਰਕਾਰ ਆ ਦਵਿੰਦਰਪਾਲ ਸਿੰਘ ਭੁੱਲਰ ਕਿਹੜੀ ਜੇਲ੍ਹ 'ਚ ਬੰਦ ਆ ਤਿਹਾੜ ਜੇਲ੍ਹ 'ਚ ਬੰਦ ਆ ਤਿਹਾੜ ਜੇਲ੍ਹ ਕਿਹਦੇ ਅਧੀਨ ਆ ਕੇਜਰੀਵਾਲ ਦੇ ਕੇਜਰੀਵਾਲ ਦੀ ਸਰਕਾਰ ਨੇ 3 ਵਾਰੀ ਦਵਿੰਦਰਪਾਲ ਭੁੱਲਰ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਦੇ ਵਿੱਚ ਸਮਝੌਤੇ ਦੇ ਵਿੱਚ ਸਜ਼ਾ ਰੱਦ ਕਰਾਈ ਸੀਗੀ 3 ਵਾਰੀ ਇਹ ਸਰਕਾਰ ਨੇ ਉਹਦੀ ਫਾਈਲ ਰੱਦ ਕਰਤੀ
ਇਹਨਾਂ ਤੋਂ ਤਾਂ ਉਮੀਦ ਹੀ ਨਹੀਂ ਆ ਜੀ ਲੋਕਾਂ ਨੂੰ। ਇਹ ਲੋਕ ਤਾਂ ਕਹਿੰਦੇ ਆ ਜੀ, ਲੋਕ ਤਾਂ ਕਹਿੰਦੇ ਉਹ ਤਾਂ ਟੋਪੀ ਵਾਲੇ ਆ ਜੀ, ਤੁਸੀਂ ਤਾਂ ਤੁਹਾਨੂੰ ਤਾਂ ਪੱਗਾਂ ਵਾਲੇ ਪੰਥਕ ਹੈ ਜਿਹੜਾ ਉਹ ਕਹਿੰਦੇ ਤੁਹਾਡੀ ਸਰਕਾਰ ਦੇ ਵਿੱਚ ਕਿਉਂ ਨਹੀਂ ਜੀ ਬੰਦੀ ਸਿੰਘ ਬਾਹਰ ਆਏ ਜੀ? ਤੁਸੀਂ ਮੇਰੀ ਗੱਲ ਸੁਣੋ, ਹਾਂਜੀ ਉਸ ਵੇਲੇ ਬੰਦੀ ਸਿੰਘ ਕਿਉਂ ਨਹੀਂ ਬਾਹਰ ਆਏ ਜੀ? ਬੰਦੀ ਸਿੰਘਾਂ ਦੇ ਕੇਸ ਅਦਾਲਤਾਂ 'ਚ ਵਿਚਾਰਧੀਨ ਸੀਗੇ, ਜਦੋਂ ਜਦੋਂ ਕੇਸ ਦਾ ਫੈਸਲਾ ਹੁੰਦਾ ਜਾਣਾ ਉਦੋਂ ਬਾਅਦ ਸਜ਼ਾ ਮਾਫਣੀ, ਤੁਹਾਨੂੰ ਪਤਾ ਜੇ ਕੋਈ ਉਮਰ ਕੈਦੀ ਆ ਜਿੰਨਾ ਚਿਰ ਜਾਂ ਤਾਂ ਗਵਾਹ ਨਾ ਮੁੱਕਰ ਜਾਣਾ ਜਾਂ ਉਹਨੂੰ ਸਜ਼ਾ ਹੋਣ ਤੋਂ ਬਾਅਦ ਰਾਸ਼ਟਰਪਤੀ ਮਾਫ਼ ਨਾ ਕਰ ਦੇਵੇ, ਉਹਨਾਂ ਚਿਰ ਕੈਦੀ ਰਿਹਾ ਨਹੀਂ ਹੋ ਸਕਦਾ ਜਿੰਨਾ ਚਿਰ ਕੇਸ ਅਦਾਲਤਾਂ 'ਚ ਵਿਚਾਰਧੀਨ ਆ। ਸਾਰਿਆਂ ਦੇ ਕੇਸ ਜਿਹੜੇ ਹੈਗੇ ਅਦਾਲਤਾਂ 'ਚ ਵਿਚਾਰਧੀਨ ਸੀਗੇ, ਜਦੋਂ ਜਦੋਂ ਹੋਇਆ ਦਵਿੰਦਰਪਾਲ ਭੁੰਦਰ ਦਾ ਹੋਇਆ ਉਸੇ ਵੇਲੇ ਰਾਸ਼ਟਰਪਤੀ ਸਾਹਿਬ ਨੂੰ ਮਿਲ ਕੇ, ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਉਹਦੀ ਸਜ਼ਾ ਜਿਹੜੀ ਉਮਰ ਕੈਦ 'ਚ ਬਦਲਾਈ, ਉਮਰ ਕੈਦ 'ਚ ਬਦਲਾ ਕੇ ਰਿਹਾਈ ਦਾ ਸਮਾਂ ਆ ਗਿਆ ਹੁਣ ਜਵਾਬ ਦੇ ਗਏ। ਬਲਵੇ ਆਪਣਾ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਫਾਂਸੀ ਦੀ ਸਜ਼ਾ ਦੇ ਆਰਡਰ ਹੋਏ, ਸੁਪਰੀਮ ਕੋਰਟ ਨੇ ਕਿਹਾ ਫਾਂਸੀ ਸਜ਼ਾ, ਫਲਾਣੀ ਤਰੀਕ ਨੂੰ ਫਾਂਸੀ ਸਜ਼ਾ। ਅਕਾਲੀ ਦਲ ਦੀ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਸੜਕਾਂ 'ਤੇ ਲੋਕ ਆਏ ਸੀ, ਲੋਕ ਸੜਕਾਂ 'ਤੇ ਆਏ ਅਤੇ ਲੋਕਾਂ ਦੀ ਕਦਰ ਭਾਵਨਾ ਦੀ ਮੈਂ ਕਹਿੰਦਾ ਕਦਰ ਕੀਤੀ ਜੀ। ਸੁਪਰਡੈਂਟ ਨੂੰ ਛੁੱਟੀ ਭੇਜ ਤਾ, ਰਾਸ਼ਟਰਪਤੀ ਨੂੰ ਜਾ ਕੇ ਅਕਾਲੀ ਦਲ ਵਫ਼ਦ ਮਿਲਿਆ, ਹਾਲਾਤ ਖਰਾਬ ਹੋ ਜਾਣਗੇ, ਇਹਨੂੰ ਫਾਂਸੀ ਨਹੀਂ ਦੇਣੀ ਚਾਹੀਦੀ। ਨਹੀਂ ਫਾਂਸੀ ਮਿਲੀ, ਫਾਂਸੀ ਰੁਕੀ। ਉਦੋਂ ਬਾਅਦ ਨਰਿੰਦਰ ਮੋਦੀ ਇੱਥੇ ਆਇਆ ਸੁਲਤਾਨਪੁਰ ਲੋਧੀ, ਗੁਰੂ ਨਾਨਕ ਸਾਹਿਬ ਦੇ 500 ਸਾਲ ਪ੍ਰਕਾਸ਼ ਦਿਨ 'ਤੇ, ਉੱਥੇ ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਗੱਠਜੋੜ ਸੀ, ਉਸ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹਨਾਂ ਦੀ ਜਿਹੜੀ ਸਜ਼ਾ ਫਾਂਸੀ ਦੀ ਮਾਫ਼ ਕਰਕੇ ਉਮਰ ਕੈਦ 'ਚ ਬਦਲੀ ਜਾਊਗੀ, ਨੋਟੀਫਿਕੇਸ਼ਨ ਵੀ ਹੋ ਗਿਆ। ਗੱਠਜੋੜ ਟੁੱਟਿਆ, ਗੱਠਜੋੜ ਤੋਂ ਬਾਅਦ ਉਹੀ ਮੋਦੀ ਮੁੱਕਰ ਗਿਆ, ਪਹਿਲਾਂ ਤਾਂ ਨਹੀਂ ਮੁੱਕਰਿਆ। ਫਿਰ ਦੋਸ਼ੀ ਕੌਣ, ਮੋਦੀ ਦੋਸ਼ੀ ਕਿ ਅਕਾਲੀ ਦਲ ਦੋਸ਼ੀ? ਭਾਈ ਅੰਮ੍ਰਿਤਪਾਲ ਸਿੰਘ NS 'ਚ ਬੰਦ ਆ, ਕਿਹੜੀ ਸਰਕਾਰ ਨੇ ਬੰਦ ਕੀਤੇ? ਝਾੜੂ ਸਰਕਾਰ ਨੇ। NS ਵਧਾਈ ਕਿਹਨੇ? ਭਗਵੰਤ ਮਾਨ ਨੇ। ਉਹਨਾਂ ਦੀ ਜੇਲ੍ਹ 'ਚ ਉਹਨਾਂ ਦੇ ਵਕੀਲਾਂ ਦਾ ਪੈਨਲ ਕੌਣ, ਕੇਸ ਕੌਣ ਲੜ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਦੇ ਵਕੀਲਾਂ ਦੀਆਂ ਫੀਸਾਂ ਕੌਣ ਦੇ ਰਹੀ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਦਾ ਸਹਿਯੋਗ ਕੌਣ ਕਰ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੰਮ੍ਰਿਤਪਾਲ ਸਿੰਘ ਜਦੋਂ ਜੇਲ੍ਹ 'ਚ ਨਹੀਂ ਗਏ ਸੀਗੇ ਜਾਂ NS ਨਹੀਂ ਲੱਗਿਆ ਸੀ, ਉਦੋਂ ਵਿਰੋਧ ਦੇ ਵਿੱਚ ਬਿਆਨ ਵੀ ਤਾਂ ਤੁਹਾਡੇ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ, ਮੈਂ ਬੰਦੇ ਦਾ ਪੁੱਤ ਬਣਾ ਦੂੰ, ਮੈਂ ਕਰ, ਮੈਂ ਕਿਹਾ ਜੀ ਮੈਂ ਕਰਕੇ ਕਹਿੰਦੇ ਲਾਉਣੀ ਪਈ ਜੀ, ਮੈਂ ਕਿਹਾ ਜੀ ਸੁਣੋ ਮੇਰੀ ਗੱਲ। ਹਾਂਜੀ ਅੱਛਾ, ਇਹ ਜੇ ਇੱਕ ਬਿਕਰਮਜੀਤ ਮਜੀਠੀਆ ਦੇ ਦਬਾਅ ਕਰਕੇ NS ਸਰਕਾਰ ਇੰਨੀ ਕਮਜ਼ੋਰ ਹੈ ਕਿ ਇੱਕ ਬਿਕਰਮਜੀਤ ਮਜੀਠੀਆ ਦੇ ਬਿਆਨ ਕਰਕੇ NS ਲਾਤੀ? ਜਿਹੜੇ ਉਹ ਹੋਰ ਕੇਸ ਦਰਜ ਕਰੇ ਆ ਉਹ ਬਿਕਰਮਜੀਤ ਮਜੀਠੀਆ ਦੇ ਬਿਆਨ 'ਤੇ ਕਰਦੇ, ਕਿਸੇ ਵੇਲੇ ਸਾਡੇ ਤੇਰੇ ਨਾਲ ਮੇਰੇ ਮਤਭੇਦ ਹੋ ਸਕਦੇ ਆ, ਕਿਸੇ ਵੇਲੇ ਸਾਨੂੰ ਲੱਗ ਸਕਦਾ ਕਿ ਤੇਰੀ ਵਿਚਾਰਧਾਰਾ ਗਲਤ ਆ, ਉਸ ਵੇਲੇ ਸਾਡਾ ਤੈਨੂੰ ਕਹਿਣ ਦਾ ਫਰਜ਼ ਹੋਊਗਾ ਕਿ ਜਗਦੀਪ ਸਿੰਘ ਤੇਰੀ ਵਿਚਾਰਧਾਰਾ ਗਲਤ ਆ, ਪਰ ਜਦੋਂ ਸਾਨੂੰ ਮਹਿਸੂਸ ਹੋਊਗਾ ਕਿ ਜਗਦੀਪ ਸਿੰਘ ਤੇਰੀ ਵਿਚਾਰਧਾਰਾ ਸਹੀ ਹੈ, ਤੂੰ ਸਹੀ ਰਾਹ ਚੱਲਦਾ, ਉਸ ਵੇਲੇ ਸਾਡੀ ਇਨਸਾਨੀਅਤ ਆ ਕਿ ਤੇਰੀ ਮਦਦ ਕਰਨਾ। ਸਾਨੂੰ ਕਿਸੇ ਵੇਲੇ ਭੁਲੇਖਾ ਲੱਗਿਆ ਹੋਊਗਾ ਕਿ ਇਹ ਬੰਦਾ ਜਿਹੜਾ ਹੈਗਾ ਕੋਈ ਗਲਤ ਕਿਸੇ ਪਾਸੇ ਦੇ, ਹਰੇਕ ਬੰਦਾ ਸੋਚਦਾ, ਸਿਆਣਾ ਬੰਦਾ ਸੋਚੂਗਾ ਵੀ ਆਹ ਬੰਦਾ ਜਿਹੜਾ ਆ ਰਿਹਾ ਕਿਤੇ ਕਿਸੇ ਕੌਮ ਦਾ ਨੁਕਸਾਨ ਕਰਨ ਤਾਂ ਨਹੀਂ ਆ ਰਿਹਾ, ਉਸ ਵੇਲੇ ਕਿਹਾ ਹੋਊਗਾ, ਮੈਂ ਨਹੀਂ ਕਹਿੰਦਾ ਨਹੀਂ ਕਿਹਾ ਹੋਊਗਾ, ਪਰ ਜਦੋਂ ਬਿਕਰਮਜੀਤ ਮਜੀਠੀਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਨੌਜਵਾਨ ਆ ਇਹ ਸਿੱਖੀ ਦੀ ਗੱਲ ਕਰਦਾ, ਜੇ ਜੇਲ੍ਹ ਗਿਆ ਤਾਂ ਉਸਦੀ ਮਦਦ ਇਸ ਕਰਕੇ ਨਹੀਂ ਕੀਤੀ ਹੈਗੀ, ਉਹਦੀ ਮਦਦ ਕੀਤੀ ਕਿ ਸਿੱਖ ਹੈ ਇਹਦੇ ਨਾਲ ਧੱਕਾ ਹੋਇਆ, ਇਸ ਕਰਕੇ ਮੈਂ ਸਾਡੀ ਮਦਦ ਕੀਤੀ ਜਾ ਸਕਦੀ ਸੀ ਜੀ। ਸੀਟ ਦੀ ਵੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ। ਹਾਂਜੀ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਕਿਹਾ ਕਿ ਤੁਸੀਂ ਇਲੈਕਸ਼ਨ ਲੜੋ, ਅਸੀਂ ਤੁਹਾਡੀ ਮਦਦ ਕਰਨ ਤਿਆਰ ਹਾਂ ਜੀ।
ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਸਿਆਲਕਾ ਸਾਹਿਬ ਜਿਹੜੇ ਵਕੀਲ ਵੀ ਜਿਹੜੇ ਇਹਦੀ ਪੈਰਵਾਈ ਕਰਦੇ ਆ ਜੀ, ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ 'ਚ ਮਿਲ ਕੇ ਆਏ ਆ, ਇਸ ਪਰਿਵਾਰ ਨੂੰ ਮਿਲ ਕੇ ਕਿਹਾ ਵੀ ਤੁਸੀਂ ਇਲੈਕਸ਼ਨ ਲੜੋ, ਅਸੀਂ ਤੁਹਾਡੇ ਨਾਲ ਹਾਂ। ਪਰਿਵਾਰ ਨੇ ਸਾਫ਼ ਤੌਰ 'ਤੇ ਜਵਾਬ ਦਿੱਤਾ ਕਿ ਅਸੀਂ ਕੋਈ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਹੈਗੇ, ਇਸ ਕਰਕੇ ਅਸੀਂ ਕੋਈ ਇਲੈਕਸ਼ਨ ਨਹੀਂ ਲੜਨਾ। ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਵੱਲ ਤੋਂ ਜਵਾਬ ਆਇਆ, ਉਸ ਤੋਂ ਬਾਅਦ ਬਿਰਸਾ ਸਿੰਘ ਬਲਟੋਹੇ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ। ਬਿਰਸਾ ਸਿੰਘ ਬਲਟੋਹੇ ਦੀ ਕੋਈ ਕੁਰਬਾਨੀ ਘੱਟ ਨਹੀਂ ਭਾਈ ਜੇ ਅਮਰਤ ਭਾਈ ਉਸ ਤੋਂ ਪਹਿਲਾਂ ਤਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਚਰਚਾ ਹੋ ਗਈ ਸੀ ਜੀ, ਚਰਚਾ ਸੀਗੀ, ਕੋਈ ਅਨਾਊਂਸਮੈਂਟ ਨਹੀਂ ਸੀ, ਕਿਉਂਕਿ ਚਰਚਾ ਤਾਂ ਉਦੋਂ ਮੰਨੀ ਜਾ ਸਕਦੀ ਜਦੋਂ ਤੁਸੀਂ ਮੈਨੂੰ ਸਿੱਧਾ ਜਵਾਬ ਦਿੱਤਾ, ਮੈਨੂੰ ਇਹ ਦਰਬਾਰਾ ਸਿੰਘ ਤੁਹਾਡੀ ਚਰਚਾ ਕਰੀ ਜਾਵੇ, ਜਗਦੀਪ ਸਿੰਘ ਮੈਨੂੰ ਸਿੱਧਾ ਜਵਾਬ ਦੇ ਦਿੰਦਾ ਵੀ ਮੈਂ ਨਹੀਂ ਲੜਨਾ ਹੈਗਾ, ਫਿਰ ਦਰਬਾਰਾ ਸਿੰਘ ਦੀ ਚਰਚਾ ਦਾ ਕੋਈ ਮਾਇਨਾ ਨਹੀਂ ਰਹਿੰਦਾ ਹੈਗਾ, ਲੋਕਾਂ ਦੀ ਚਰਚਾ ਦਾ ਉਸ ਵੇਲੇ ਕੋਈ ਮਾਇਨਾ ਨਹੀਂ ਰਹਿੰਦਾ ਸੀਗਾ ਕਿ ਬਿਰਸਾ ਸਿੰਘ ਬਲਟੋਹੇ ਦੀ ਕੁਰਬਾਨੀ ਘੱਟ ਹੈ। ਦੋ ਵਾਰੀ NSA 8 ਸਾਲ ਜੇਲ੍ਹ, ਉਹਨੇ ਕੋਈ ਕਿਸੇ ਦੀ ਜ਼ਮੀਨ ਪਿੱਛੇ ਵੱਟ ਪਿੱਛੇ ਕਤਲ ਨਹੀਂ ਸੀ ਕੀਤਾ ਬਿਰਸਾ ਸਿੰਘ ਬਟੋਹੇ ਨੇ, ਉਹਨੇ ਕਿਸੇ ਦੀ ਧੀ ਨਾਲ ਰੇਪ ਨਹੀਂ ਸੀ ਕੀਤਾ, ਕਿਸੇ ਦੀ ਭੈਣ ਨਾਲ ਰੇਪ ਨਹੀਂ ਸੀ ਕੀਤਾ, ਉਹ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦਾ ਸਾਥੀ ਸੀ, ਉਹ ਕੌਮ ਦੇ ਲਈ ਲੜ ਕੇ NSA ਕੱਟ ਕੇ ਆਇਆ, ਕੌਮ ਲਈ ਲੜਦਾ ਜੁਝਾਰੂ ਸਿੰਘਾਂ 'ਚ ਖਾੜਕੂ ਸਿੰਘਾਂ 'ਚ 8 ਸਾਲ ਜੇਲ੍ਹ ਕੱਟਿਆ, ਉਹਦੀ ਕੁਰਬਾਨੀ ਕੋਈ ਘੱਟ ਆ? ਠੀਕ ਆ, ਸਮੇਂ ਦੇ ਅੱਗੇ ਪਿੱਛੇ ਆ, ਸਮੇਂ ਦਾ ਗੇੜ ਚੱਲਦਾ ਰਹਿੰਦਾ, ਇਸ ਕਰਕੇ ਅੱਜ ਦੀ ਡੇਟ 'ਚ ਵੀ ਅਸੀਂ ਸਾਰੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਹਾਂ, ਯਤਨ ਕਰਦੇ ਰਹਿਣਾ, ਕੌਮ ਲਈ ਹੱਕਾਂ ਲਈ ਖੜ੍ਹੇ ਹਾਂ, ਹੱਕਾਂ ਲਈ ਖੜ੍ਹੇ ਰਹਿਣਾ, ਕੋਈ ਸਾਨੂੰ ਗਦਾਰ ਦਾ ਅਟੈਕ ਲਾ ਦੇਵੇ ਸਾਨੂੰ ਕੋਈ ਪਰਵਾਹ ਨਹੀਂ। ਬੀਬੀ ਖਾਲੜਾ ਨੇ ਸਾਫ਼ ਤੌਰ 'ਤੇ ਕਿਹਾ ਸੀਗਾ ਕਿ ਮੈਂ ਅਕਾਲੀ ਦਲ ਦੇ ਇਲੈਕਸ਼ਨ ਨਹੀਂ ਲੜਨਾ ਜੀ, ਨਹੀਂ ਲੜਨਾ ਫਿਰ ਆਪਣਾ, ਜਦੋਂ ਇੱਕ ਬੰਦਾ ਮਤਲਬ ਜਦੋਂ ਆਪਣੀ ਪਾਰਟੀ ਵੱਲੋਂ ਹੀ ਲੜਵਾਉਣੀ ਜ਼ਰੂਰੀ ਹੈ, ਮੇਰੀ ਗੱਲ ਕੁਰਬਾਨੀ ਵਾਲਾ ਚਾਹੇ ਆਜ਼ਾਦ ਲੜੇ, ਬੀਬੀ ਸੁਣੋ ਮੇਰੀ ਗੱਲ, ਜੇ ਬੀਬੀ ਖਾਲੜਾ ਦਾ ਵੀ ਉਸ ਵੇਲੇ ਮੈਂ ਸਤਿਕਾਰ ਕਰਦਾ, ਬੀਬੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਦੀ ਬਹੁਤ ਵੱਡੀ ਕੌਮ ਨੂੰ ਦੇਣਾ ਜੀ, 30,000 ਨੌਜਵਾਨਾਂ ਦੀਆਂ ਲਾਸ਼ਾਂ ਅਣਪ ਛਾਤੀਆਂ ਨੂੰ ਲੱਭ ਕੇ ਉਹ ਕਰਨਾ, ਉਹਨਾਂ ਦਾ ਸਾਰੀ ਜਾਣਕਾਰੀ ਇਕੱਠੀ ਕਰਨੀ, ਸ਼ਹੀਦ ਉਹ ਸ਼ਹੀਦ ਹੋਏ ਅਸੀਂ ਸਤਿਕਾਰ ਕਰਦੇ ਹਾਂ, ਕੌਮ ਉਹਨਾਂ ਦਾ ਹਮੇਸ਼ਾ ਸਤਿਕਾਰ ਉਸ ਪਰਿਵਾਰ ਦਾ ਕਰਦੀ ਰਹੂਗੀ ਜੀ। ਪਰ ਜਦੋਂ ਬੀਬੀ ਜੀ ਨੂੰ ਪੁੱਛਿਆ ਗਿਆ ਵੀ ਬੀਬੀ ਜੀ ਉਮੀਦਵਾਰ ਬਣੋ, ਬੀਬੀ ਕਹਿੰਦੀ ਮੈਂ ਅਕਾਲੀ ਦਲ 'ਤੇ ਉਮੀਦਵਾਰ ਨਹੀਂ ਬਣਨਾ, ਤੁਸੀਂ ਮੈਨੂੰ ਸਿੱਧਾ ਕਹਿੰਦੇ ਮੈਂ ਤੇਰੀ ਮਦਦ ਨਹੀਂ ਲੈਣੀ ਹੈਗੀ, ਫਿਰ ਮੇਰੇ ਕੋਲ ਰਸਤਾ ਕੀ ਆ? ਮੈਂ ਤੁਹਾਨੂੰ ਕਹਿਣਾ ਵੀ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ, ਤੁਸੀਂ ਕਹਿੰਦੇ ਮੈਂ ਤੁਹਾਡੀ ਕੋਈ ਮਦਦ ਨਹੀਂ ਲੈਣੀ ਹੈਗੀ, ਫਿਰ ਤੁਹਾਡਾ ਰਸਤਾ ਕੀ ਆ? ਇਹ ਵੀ ਤਾਂ ਕਿਹਾ ਜਾ ਸਕਦਾ ਬੀਬੀ ਚਾਹੇ ਆਜ਼ਾਦ ਲੜੋ ਕੋਈ ਗੱਲ ਨਹੀਂ, ਨਹੀਂ ਉਹ ਆਜ਼ਾਦ ਕਿਉਂ ਨਹੀਂ, ਇੱਕ ਬੰਦਾ ਕਹਿੰਦਾ ਮਦਦ ਲੈਣੀ ਓ ਨਹੀਂ ਤੁਹਾਡੀ, ਫਿਰ ਕੀ ਰਸਤਾ ਹੋ ਸਕਦਾ? ਫਿਰ ਰਸਤਾ ਇਹੀ ਹੋ ਸਕਦਾ ਆਪਣੇ ਬੰਦੇ ਨੂੰ ਬਰਾਬਰ ਖੜਾ ਕਰੋ, ਜੇ ਅੱਜ ਵੀ ਜੇ ਇਹੀ ਪਰਿਵਾਰ ਜੇ ਭਾਈ ਅੰਮ੍ਰਿਤਪਾਲ ਸਿੰਘ ਉਸ ਦਿਨ ਕਹਿ ਦਿੰਦੇ ਖਡੂਰ ਸਾਹਿਬ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਲੇਟ ਅਨਾਊਂਸ ਕੀਤੀ ਆ, ਭਾਈ ਅੰਮ੍ਰਿਤਪਾਲ ਸਿੰਘ ਦੀ ਹੁਕਮਾਂ ਦੀ ਉਡੀਕ ਕੀਤੀ ਆ ਬਈ ਭਾਈ ਜੇ ਤੁਸੀਂ ਲੜਨਾ ਚਾਹੁੰਦੇ ਆ, ਜਦ ਉਹਨਾਂ ਨੇ ਸਾਫ਼ ਤੌਰ 'ਤੇ ਜਵਾਬ ਦਿੱਤਾ ਕਿ ਮੈਂ ਭਾਰਤ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦਾ, ਕਿਉਂਕਿ ਉਹਨਾਂ ਦੇ ਪਹਿਲੇ ਵੀ ਬਿਆਨ ਆ, ਪਹਿਲਾਂ ਵੀ ਉਹ ਕਹਿੰਦੇ ਸੀ ਕਿ ਮੇਰਾ ਜਿਹੜਾ ਪਾਸਪੋਰਟ ਆ ਇਹ ਟਰੈਵਲ ਡਾਕੂਮੈਂਟ ਆ, ਤੁਸੀਂ ਵੀ ਸਾਰਾ ਤੁਸੀਂ ਵੀ ਇੰਟਰਵਿਊ ਕੀਤੀ ਉਹਨਾਂ ਦੀ, ਉਦੋਂ ਵੀ ਕਹਿੰਦੇ ਸੀ, ਇਸ ਕਰਕੇ ਜਦੋਂ ਉਹ ਕਹਿੰਦੇ ਮੇਰਾ ਭਾਰਤ ਦੇ ਸੰਵਿਧਾਨ 'ਚ ਉਹ ਨਹੀਂ ਹੈਗਾ ਵਿਸ਼ਵਾਸ ਨਹੀਂ ਹੈ, ਤਾਂ ਫਿਰ ਅਸੀਂ ਤਾਂ ਭਾਰਤ ਦੇ ਸੰਵਿਧਾਨ ਦੇ ਤਹਿਤ ਚੋਣ ਸਾਰੀਆਂ ਪਾਰਟੀਆਂ ਲੜਦੀਆਂ, ਅਸੀਂ ਕੀ ਸ਼੍ਰੋਮਣੀ ਅਕਾਲੀ ਦਲ ਜੇ ਭਾਈ ਅੰਮ੍ਰਿਤਪਾਲ ਨੇ ਫੈਸਲਾ ਨਾ ਕਰਦਾ ਅਸੀਂ ਛੱਡ ਦਿੰਦੇ? ਪਰ ਸਾਨੂੰ ਕਿਉਂ ਪੁੱਛਿਆ ਜਾ ਰਿਹਾ ਇਸ ਗੱਲ ਦਾ? ਆਮ ਆਦਮੀ ਸਰਕਾਰ ਇਹ ਵੀ ਪੋਲੀਟੀਕਲ ਪਾਰਟੀ ਸਰਕਾਰ ਹੈ, ਹੋਰ ਪਾਰਟੀਆਂ ਪੋਲੀਟੀਕਲ ਪਾਰਟੀਆਂ ਪੰਥਕ ਨਹੀਂ ਹੈ ਜੀ, ਮੈਂ ਕਿਹਾ ਪੰਥਕ ਨਹੀਂ ਹੈਗੀਆਂ, ਪਰ ਪੰਜਾਬ ਆਪਣੇ ਆਪ ਨੂੰ ਪੰਜਾਬ ਦੇ ਹਿਤੈਸ਼ੀ ਕਹਾਉਂਦੇ ਆ, ਪੰਜਾਬ ਦੇ ਕਹਾਉਂਦੇ, ਪਰ ਉਹਨਾਂ ਦੇ ਕੀ ਉਮੀਦ ਰੱਖੇ ਜਿਨ੍ਹਾਂ ਨੇ NSA ਲਾ ਕੇ ਤੋੜਤਾ? ਮੈਂ ਤੁਹਾਨੂੰ ਜਗਦੀਪ ਜੀ ਉਹੀ ਤੁਹਾਨੂੰ ਮੈਂ ਗੱਲ ਕਹਿ ਨਹੀਂ ਸਕਦੇ, ਮੈਂ ਕਿਹਾ ਕਹਿਣ ਦਾ ਫਿਰ
ਅਸੀਂ ਉਹਨਾਂ ਨੂੰ ਸਾਡਾ ਸਵਾਲ ਪੁੱਛਣਾ ਬਣਦਾ ਬਈ ਭਾਈ ਤੁਸੀਂ NS ਲਾ ਕੇ ਕਿਉਂ ਬੰਦ ਕੀਤਾ, ਤੁਸੀਂ ਇਹਦੇ ਨਾਲ ਜਾਤੀ ਕਿਉਂ ਕੀਤੀ, ਤੁਸੀਂ ਇਹਨੇ ਐਡਾ ਬੜਾ ਕੀ ਗੁਨਾਹ ਕੀਤਾ ਸੀ ਜਿਹੜਾ ਇੱਕ NS ਇੱਕ ਸਾਲ ਲਈ ਲਾਇਆ, ਉਦੋਂ ਬਾਅਦ NS ਫਿਰ ਵਧਾ ਤਾ ਉਹਦਾ, ਐਡਾ ਬੜਾ ਅੰਮ੍ਰਿਤਪਾਲ ਦਾ ਕੀ ਕਸੂਰ ਸੀਗਾ? ਕੌਮ ਦੀ ਇੱਕ ਪ੍ਰਚਾਰ ਕਰਦਾ ਸੀ, ਪ੍ਰਚਾਰ ਵੀ ਰਹੀ ਕਰ ਆਨੰਦਪੁਰ ਸਾਹਿਬ ਵੀ ਆਇਆ, ਉਹ ਤਕਲੀਫ ਕੀ ਆ? ਜਿਹੜੀਆਂ ਹਕੂਮਤਾਂ ਦਿੱਲੀ 'ਤੇ ਚੱਲਣਗੀਆਂ, ਜਿਹੜਾ ਆਨੰਦਪੁਰ ਦੀ ਵਿਚਾਰਧਾਰਾ ਨਾਲ ਜੋੜੂਗਾ ਉਹਦੇ ਵਰਖਿਲਾਫ ਹੋਣਗੀਆਂ ਹੋਣਗੀਆਂ। ਅੰਮ੍ਰਿਤਪਾਲ ਸਿੱਖਾਂ ਨੂੰ ਆਨੰਦਪੁਰ ਸਾਹਿਬ ਲਿਆ ਕੇ ਅੰਮ੍ਰਿਤ ਸੰਚਾਰ ਕਰਾਉਣ ਆਉਂਦਾ ਸੀ, ਤੁਹਾਨੂੰ ਪਤਾ ਵੀਰ ਇੱਥੇ ਆਈ ਹੈ, ਉਹ ਆਨੰਦਪੁਰ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਦਾ ਸੀ, ਇਸ ਕਰਕੇ ਉਹਦੀ ਵਧਾਈ ਗਈ ਆ ਜੀ ਬਈ ਪੰਜਾਬ 'ਚ ਸਿੱਖੀ ਕਿਤੇ ਪ੍ਰਫੁੱਲਿਤ ਨਾ ਹੋਵੇ, ਸਿੱਖੀ ਕਿਤੇ ਚੜ੍ਹਦੀ ਕਲਾ। ਪਰ ਇਹਨਾਂ ਲੋਕਾਂ ਨੂੰ ਭੁਲੇਖੇ ਆ, ਨਾ ਇੱਕ ਝਾੜੂ ਵਾਲਿਆਂ ਦੇ ਕਿਸੇ ਦੇ ਸਿੱਖੀ ਦੀ ਢੈਂਦੀ ਗੱਲ ਹੋਣੀ ਆ, ਨਾ ਕਿਸੇ ਦਿੱਲੀ ਵਾਲੇ ਦੇ ਕਿਸੇ ਦੇ ਸਿੱਖੀ ਦੀ ਢੈਂਦੀ ਗੱਲ ਹੋਣੀ ਆ, ਨਾ ਕਿਸੇ ਹੋਰ ਦੇ ਕਿਸੇ ਦੇ ਢੈਂਦੀ ਗੱਲ ਹੋਣੀ। ਸਿੱਖੀ ਨੇ ਹਮੇਸ਼ਾ ਚੜ੍ਹਦੀ ਗੱਲ ਲੈਣੀ ਆ। ਇਹ ਸਿੱਖੀ ਨੂੰ ਗੁਰੂਆਂ ਦਾ ਥਾਪੜਾ, ਇਹ ਸਿੱਖੀ ਦਾ ਮੁੱਢ ਸ਼ਹੀਦਾਂ ਦੇ ਖੂਨ ਨਾਲ ਸਿੰਚਿਆ ਹੋਇਆ, ਇਹ ਸਿੱਖੀ ਦੇ ਹਰੇਕ ਪਰਿਵਾਰ 'ਚ ਕੋਈ ਨਾ ਕੋਈ ਸ਼ਹੀਦ ਬੈਠਾ। ਇਸ ਕਰਕੇ ਸਿੱਖੀ ਇਹਨਾਂ ਲੋਕ ਕਦੇ ਖਤਮ ਨਹੀਂ ਕਰ ਸਕਦੇ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਤੁਸੀਂ ਦੂਣ ਚਵਾਉਣੇ ਹੋਏ। ਕਾਂਗਰਸ ਨੇ ਸਾਨੂੰ ਖਤਮ ਕਰ ਲਿਆ, ਸਾਡੇ 1,00,000 ਨੌਜਵਾਨ ਇਸ ਕਾਂਗਰਸ ਨੇ ਪੰਜਾਬ ਸ਼ਹੀਦ ਕਰਤਾ, ਸਾਡੇ ਹਜ਼ਾਰਾਂ ਨੌਜਵਾਨ ਦਿੱਲੀ 'ਚ ਕਤਲੇਆਮ ਕਰਤੇ, ਸਾਡੇ ਸਿੱਖੀ ਖਤਮ ਹੋ ਗਈ, ਸਿੱਖੀ ਦੁੱਗਣੀ ਵਧੀ ਹੈ। ਅੱਜ ਮੈਨੂੰ ਯਾਦ ਹੈ, ਤੁਸੀਂ ਵੀ ਸਾਰੇ ਜਾਣਦੇ ਹਾਂ ਕਿ ਲਹਿਰ ਤੋਂ ਪਹਿਲਾਂ ਜੀ 1978 ਦੀ ਲਹਿਰ ਤੋਂ ਪਹਿਲਾਂ ਪੰਜਾਬ ਦੇ ਤਕਰੀਬਨ 80% ਗੁਰੂ ਘਰਾਂ ਦੇ ਵਿੱਚ ਟੇਬਰ ਕਾਰਡ ਨਾਲ ਪਾਠ ਨਿਤਨੇਮ ਦਾ ਹੁੰਦਾ ਸੀ ਜੀ। ਇਹਨਾਂ ਨੇ ਸਿੱਖੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸੀਆਂ ਨੇ, ਅੱਜ ਵਾਲੇ ਮੌਜੂਦਾ ਵਾਲੇ ਵਿੱਚ ਲੱਗੇ ਹੋਏ ਆ। ਅੱਜ ਪੰਜਾਬ ਦੇ 90-95% ਗੁਰੂ ਘਰਾਂ 'ਚ ਨਿਤਨੇਮ ਸਾਡੇ ਬੱਚੇ ਕਰਦੇ ਆ, ਸਾਡੇ ਗ੍ਰੰਥੀ ਸਿੰਘ ਕਰਦੇ ਆ, ਫਿਰ ਸਿੱਖੀ ਵਧੀ ਘਟੀ? ਅੱਜ ਹਰੇਕ ਪਿੰਡ 'ਚ ਕਲਾਸਾਂ ਤਕਰੀਬਨ ਲੱਗਦੀਆਂ, ਆਪਣੇ ਪਿੰਡਾਂ 'ਚ ਦੇਖ ਲਓ, ਆਪਣੇ ਘਨੌਲੀ 'ਚ ਦੇਖ ਲਓ, ਧਰਮ ਪ੍ਰਚਾਰ ਟਰੱਸਟ ਲਾ ਰਿਹਾ, ਕਹਿੰਦਾ ਤੁਸੀਂ ਵੀ ਜਾਂਦੇ ਆ, ਅੱਜ ਦਸਤਾਰ ਕੈਂਪ ਥਾਂ ਥਾਂ ਲੱਗ ਰਹੇ ਆ, ਅੱਜ ਗੁਰਮਤ ਪ੍ਰਚਾਰ ਕੈਂਪ ਲੱਗਦੇ ਆ, ਫਿਰ ਸਿੱਖੀ ਤਾਂ ਵਧੀ ਨਾ? ਕੋਈ ਬੰਦਾ ਜਿਹੜਾ ਗੁਰੂ ਘਰ ਨੂੰ ਕਦੋਂ ਪੰਗਾ ਲਊਗਾ, ਉਹ ਬੰਦਾ ਕਦੇ ਵੀ ਗੁਰੂ ਨਾਲ ਮੱਥਾ ਲਾ ਕੇ ਕਦੇ ਸੁਖੀ ਨਹੀਂ ਸੌਂ ਸਕਦਾ, ਕਦੇ ਚੜ੍ਹਦੀ ਕਦੇ। ਉਹੀ ਕਾਂਗਰਸ ਨਾ ਜਿਹਦਾ ਪੂਰੇ ਹਿੰਦੁਸਤਾਨ ਦੀਆਂ 22 ਸਟੇਟਾਂ 'ਚ ਉਸ ਵੇਲੇ ਰਾਜ ਸੀਗਾ ਜੀ, ਅਕਾਲ ਤਖ਼ਤ ਸਾਹਿਬ ਨੇ ਮੱਥਾ ਲਾਇਆ, ਅੱਜ ਕਿੱਥੇ ਰਾਜ ਰਹਿ ਗਿਆ? ਇਹੀ ਗੱਲ ਤੁਹਾਡੇ ਤੇ ਵਿਰੋਧੀ ਕਹਿੰਦੇ ਆ ਜੀ, ਉਹ ਕਹਿੰਦੇ ਮੱਥਾ ਲਾਇਆ ਸੀ, ਬੇਅਦਬੀਆਂ ਕਰਵਾਈਆਂ ਸੀ, ਅਸੀਂ ਅਕਾਲ ਤਖ਼ਤ ਸਾਹਿਬ ਦਾ, ਸੁਣੋ ਮੇਰੀ ਗੱਲ, ਗੁਰੂ ਗ੍ਰੰਥ ਸਾਹਿਬ ਦਾ ਵੀ, ਅੱਜ ਦੇਖ ਲਓ ਅਕਾਲੀ ਦਲ ਕਿੱਥੇ ਆ, ਤੁਹਾਨੂੰ ਅੱਜ ਵੀ ਗੱਲ ਦੱਸ ਦਿੰਦਾ ਹਾਂਜੀ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਗੂ ਹਾਂਜੀ ਨਾ ਕਦੇ ਸੁਪਨੇ 'ਚ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਸਕਦਾ, ਨਾ ਕਦੇ ਸੁਪਨੇ 'ਚ ਸੋਚ ਸਕਦਾ, ਔਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਗੂ ਜੀ ਅੱਜ ਅਕਾਲ ਤਖ਼ਤ ਸਾਹਿਬ ਹੱਕ ਮਾਰ ਲਵੇ, ਆਵਾਜ਼ ਮਾਰ ਦੇਵੇ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਗੂ ਅਕਾਲ ਤਖ਼ਤ ਸਾਹਿਬ 'ਤੇ ਹੁਕਮ 'ਤੇ ਫੁੱਲ ਚੜਾਉਂਦਾ। ਸਿੱਖ ਤਾਂ ਬਾਕੀ ਪਾਰਟੀਆਂ 'ਚ ਵੀ ਹੈਗੇ ਆ, ਇਹ ਤਾਂ ਨਹੀਂ ਵੀ ਕਾਂਗਰਸ 'ਚ ਕੋਈ ਸਿੱਖ ਨਹੀਂ ਰਿਹਾ ਹੈਗਾ, ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਆਵਾਜ਼ ਮਾਰੇ ਪਹੁੰਚਦੇ ਆ, ਨਹੀਂ ਪਹੁੰਚਦੇ, ਉਹ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾਲ ਕੋਈ ਲਾਗੂ ਕਰਦੇ ਆ, ਇਹ ਸ਼੍ਰੋਮਣੀ ਅਕਾਲੀ ਦਲ ਕਰਦਾ, ਇਸ ਕਰਕੇ ਇਹੀ ਤਕਲੀਫ ਆ। ਅਕਾਲ ਤਖ਼ਤ ਸਾਹਿਬ ਨੂੰ, ਸੰਸਥਾ ਨੂੰ ਬਦਨਾਮ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਬਦਨਾਮ ਕਰਨਾ, ਅਕਾਲ ਤਖ਼ਤ ਸਾਹਿਬ ਦੀ ਸ਼ਾਨ ਨੂੰ ਢਾਹ ਲਾਉਣਾ, ਇਹ ਕੁਝ ਯਤਨ ਦਿੱਲੀ ਦੀਆਂ ਸਰਕਾਰਾਂ। ਪਰ ਇਹ ਕਿਉਂ, ਤੁਸੀਂ ਕਿਉਂ ਮੰਨਦੇ ਹੋ ਅੱਜ ਵੀ ਜੇ ਕੋਈ ਜਥੇਦਾਰ ਹੁਕਮ ਕਰ ਦੇਵੇ ਜੀ ਕੋਈ ਨਹੀਂ ਮੰਨਦਾ? ਅਸੀਂ ਮੰਨਦੇ ਆ, ਨਹੀਂ ਹੋਰ ਨਹੀਂ ਮੰਨਦੇ ਜੀ, ਕਹਿੰਦੇ ਨਹੀਂ ਮੰਨਦੇ, ਨਾ ਮੰਨਣਾ, ਉਹ ਕਹਿੰਦੇ ਜੀ ਵੀ ਵਰਤਿਆ ਜਾਂਦਾ ਜੀ ਵੀ ਬਾਦਲਾਂ ਦੇ ਅੰਡਰ ਜਥੇਦਾਰ ਵੀ ਬਾਦਲਾਂ ਦੇ ਅੰਡਰ, ਜਗਦੀਪ ਜੀ ਹਾਂਜੀ ਜਿਹੜਾ ਬੱਚਾ ਨਲਾਇਕ ਹੁੰਦਾ ਹਾਂਜੀ
ਉਹ ਬੱਚਾ ਕੀ ਕਹਿੰਦਾ ਮਾਸਟਰ ਨਹੀਂ ਵਧੀਆ ਪੜ੍ਹਾਉਂਦਾ ਤਾਂ ਉਹ ਆਪਣੀ ਗਲਤੀ ਨਹੀਂ ਮੰਨੂਗਾ ਬਈ ਮੈਂ ਨਹੀਂ ਲਾਇਕ ਆ, ਬਾਪੂ ਨੇ ਕਿਤਾਬ ਨਹੀਂ ਲੈ ਕੇ ਦਿੱਤੀ। ਉਹ ਨਹੀਂ ਕਦੇ ਕਹੂਗਾ ਮੈਂ ਸਕੂਲ ਟਾਈਮ ਸਿਰ ਨਹੀਂ ਗਿਆ, ਉਹ ਨਹੀਂ ਕਹੂਗਾ ਮੈਂ ਜਾ ਕੇ ਸਕੂਲ 'ਚ ਅੱਜ ਮਾਸਟਰ ਪੜ੍ਹਾਉਣ ਨਹੀਂ ਆਇਆ। ਜਗਦੀਪ ਸਿੰਘ ਪਾਸ ਹੋ ਗਿਆ, ਗੋਗੀ ਫੇਲ ਹੋ ਗਿਆ, ਧਿਆਨ ਤਾਂ ਮੇਰਾ ਹੀ ਤਾਂ ਹੈਗਾ। ਉਸੇ ਮਾਸਟਰ ਕੋਲ ਜਗਦੀਪ ਸਿੰਘ ਪੜ੍ਹਿਆ, ਜਗਦੀਪ ਸਿੰਘ ਫਸਟ ਡਿਵੀਜ਼ਨ 'ਚ ਪਾਸ ਹੋ ਗਿਆ, ਮੈਂ ਫੇਲ ਹੋ ਗਿਆ। ਕਸੂਰ ਆਪਣਾ ਤਾਂ ਨਹੀਂ, ਮੈਂ ਤਾਂ ਨਹੀਂ ਕੱਢਣਾ ਆਪਣਾ, ਕਸੂਰ ਮਾਸਟਰ ਦਾ ਨਿਕਲਦਾ। ਇਹ ਲੋਕਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਨਾ ਆਦੇਸ਼ ਮੰਨਣ ਕਰਕੇ ਇਹਨਾਂ ਕੋਲ ਸੌਖਾ ਜੀ ਵਰਤਿਆ ਜਾ ਰਿਹਾ। ਜੇ ਦਿਨ ਇਹ ਕਹਿਣ ਲੱਗੇ ਵੀ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਨਹੀਂ ਵਰਤਿਆ ਜਾ ਰਿਹਾ, ਉਹਦੇ ਇਹਨਾਂ ਦੀ ਹੁਕਮ ਮੰਨਣਾ ਪੈਣਾ। ਦੇਖੋ ਮੈਂ ਗੱਲ ਕਹਿਣ ਲੱਗਾ, ਅਕਾਲੀ ਫੁੱਲਾ ਸਿੰਘ ਕੀ ਸਜ਼ਾ ਦਿੰਦਾ ਜੀ ਸੌਦਾ ਸਾਧ ਨੂੰ? ਹੁਣ ਮੈਂ ਸੁਣੋ, ਮਾਫੀ ਦਿੰਦਾ ਜਾਂ ਸਜ਼ਾ ਦਿੰਦਾ ਜੀ? ਕਿਹੜਾ ਜੀ, ਅਕਾਲੀ ਫੁੱਲਾ ਸਿੰਘ ਜੇ ਹੁੰਦਾ ਜੀ? ਅਕਾਲੀ ਫੁੱਲਾ ਸਿੰਘ, ਸੁਣੋ ਮੇਰੀ ਗੱਲ, ਹਾਂਜੀ, ਜੇ ਅਕਾਲੀ ਫੁੱਲਾ ਸਿੰਘ ਹੁੰਦਾ, ਹਾਂਜੀ, ਅਕਾਲੀ ਫੁੱਲਾ ਸਿੰਘ ਉਸ ਜਥੇਦਾਰ ਨੂੰ ਤੇਰੇ ਸਿਰਸੇ ਵਾਲੇ ਨੂੰ ਸਜ਼ਾ ਦਿੰਦਾ। ਸਾਡੇ ਅਕਾਲ ਤਖ਼ਤ, ਦੇਖੋ ਜੇ ਜਥੇਦਾਰ ਨੇ ਮਾਫ਼ੀ ਦਿੱਤੀ ਤਾਂ ਜਥੇਦਾਰ ਨੂੰ ਸ਼੍ਰੋਮਣੀ ਗੁਰਦੁਆਰਾ ਪੰਜਾਬ ਕਮੇਟੀ ਲਾਇਆ ਵੀ ਆ, ਉਹਨੂੰ ਅਹੁਦੇ 'ਤੇ ਹਟਾਇਆ ਗਿਆ। ਜੇ ਤੁਸੀਂ ਕਹਿੰਦੇ ਮਾਫ਼ੀ ਦਿੱਤੀ ਆ, ਰਾਜਨੀਤਿਕ ਦਬਾਅ ਕਰਕੇ ਦਿੱਤੀ ਹੈ ਨਾ ਜੀ, ਰਾਜਨੀਤਿਕ ਲੀਡਰ ਪਹਿਲਾਂ ਜੀ ਸਮਝੌਤੇ ਕਰਕੇ ਆਏ। ਇਹ ਕਹਿਣ ਦੀਆਂ ਗੱਲਾਂ, ਹਾਂਜੀ, ਇਹ ਕਹਿਣ ਦੀਆਂ ਗੱਲਾਂ, ਮੈਂ ਸੁਣੋ ਮੇਰੀ ਗੱਲ, ਤੁਹਾਨੂੰ ਬੀਜੇਪੀ ਨੂੰ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਸਮਰਥਨ ਵੀ ਦਿੱਤਾ ਜੀ? ਤੁਹਾਡਾ ਇੰਡੀਪੈਂਡੈਂਟ ਚੈਨਲ ਆ, ਹਾਂਜੀ, ਇਸ ਤਰ੍ਹਾਂ ਹੀ ਅਕਾਲ ਤਖ਼ਤ ਸਾਹਿਬ ਇੱਕ ਇੰਡੀਪੈਂਡੈਂਟ ਸੰਸਥਾ ਹੈ ਜੀ। ਤੁਹਾਡੇ 'ਤੇ ਜੇ ਮੈਂ ਗਲਤ ਦਬਾਅ ਪਾਵਾਂ, ਇਹ ਤੁਸੀਂ ਦੇਖਣਾ ਮੰਨਣਾ ਕਿ ਨਹੀਂ ਮੰਨਣਾ, ਇਹ ਤੁਹਾਡੀ ਡਿਊਟੀ ਹੈ ਨਾ, ਮੰਨਣਾ ਨਹੀਂ ਮੰਨਣਾ ਹੈਗਾ। ਜੇ ਜਥੇਦਾਰ ਸਾਹਿਬ ਨੇ ਹੁਕਮ ਉਹਨਾਂ ਨੇ ਕੀਤਾ ਤਾਂ ਲਾਉਣੇ ਵਾਲੇ ਕੌਣ ਤੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਉਸ ਬੰਦੇ ਨੂੰ ਉਹਦੇ ਨਾਲ ਚਿਪਕਣ ਨਹੀਂ ਦਿੱਤਾ, ਬਦਲਿਆ ਨਾ, ਫਿਰ ਸਾਡੇ ਦੋਸ਼ ਕਿੱਦਾਂ ਲਾ ਸਕਦੇ ਆ? ਜੇ ਉਹ ਫੈਸਲਾ ਸੀਗਾ ਮਾਫ਼ ਕਰਨ ਦਾ, ਅਸੀਂ ਕਹਿੰਦੇ ਗਲਤੀ ਆ, ਮੈਂ ਸਿਰਿਆਂ ਕਹਿਣਾ, ਜੇ ਜਥੇਦਾਰ ਨੇ ਕੀਤਾ, ਅਕਾਲ ਤਖ਼ਤ ਨੇ ਨਹੀਂ ਕੀਤਾ, ਮੈਂ ਫਿਰ ਗੱਲ ਕਹਿਣਾ, ਅਕਾਲ ਤਖ਼ਤ ਸਾਹਿਬ ਨੇ ਉਹ ਫੈਸਲਾ ਨਹੀਂ ਕੀਤਾ, ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤਾ। ਅਕਾਲ ਤਖ਼ਤ ਔਰ ਜਥੇਦਾਰ ਦੇ ਵਿੱਚ ਫਰਕ ਹੈ ਜੀ ਕੋਈ? ਬਿਲਕੁਲ ਫਰਕ ਹੈ ਜੀ, ਜਦੋਂ ਜਥੇਦਾਰ ਉਹੀ ਜਥੇਦਾਰ, ਅਕਾਲ ਤਖ਼ਤ ਨੂੰ ਚਲਾਉਣ ਵਾਲੀ ਇੱਕ ਤਰ੍ਹਾਂ ਦੇ ਜਥੇਦਾਰ ਪ੍ਰਬੰਧਕ ਹੈ ਜੀ, ਜਥੇਦਾਰ ਸੇਵਾਦਾਰ ਆ ਜੀ। ਜਿਵੇਂ ਤੁਹਾਡਾ ਇੱਕ ਘਰ ਆ ਜੀ, ਘਰ ਦੇ ਯਾਰ ਘਰ ਦੇ ਮੁਖੀ 'ਚ ਫਰਕ ਆ ਜੀ, ਸਮਝਦੇ ਨਾ ਗੱਲ, ਸਮਝ ਲਓ ਗੱਲ, ਘਰ ਦਾ ਮੁਖੀ ਕੋਈ ਗਲਤ ਫੈਸਲਾ ਲੈ, ਉਹਦੇ ਜ਼ਿੰਮੇਵਾਰ ਘਰ ਤਾਂ ਨਹੀਂ ਹੋ ਸਕਦਾ, ਘਰ ਤਾਂ ਨਹੀਂ ਹੋ ਸਕਦਾ। ਇਸੇ ਕਰਕੇ ਜੇ ਜਥੇਦਾਰ ਨੇ ਗਲਤੀ ਕੀਤੀ ਆ, ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਉਹ ਜਥੇਦਾਰ ਨੂੰ ਚਲਦਾ ਕੀਤਾ। ਕਿੰਨੀ ਦੇਰ ਬਾਅਦ ਜੀ? ਹਾਰਡਲੀ ਡੇਢ ਦੋ ਤਿੰਨ ਮਹੀਨੇ ਬਾਅਦ ਹੋ ਗਿਆ ਹੋਣਾ, ਜੇ ਉਹਨਾਂ ਨੇ ਮਹਿਸੂਸ ਕੀਤਾ ਜਦੋਂ ਸਾਰੀ ਗੱਲ ਸਾਹਮਣੇ ਆ ਗਈ ਤਾਂ ਉਸ ਵੇਲੇ ਕਰਕੇ ਉਹਨੂੰ ਜਿਹੜਾ ਹੈਗਾ ਉਹ ਕੀਤਾ ਗਿਆ, ਉਹਨੂੰ ਹਟਾਇਆ ਗਿਆ। ਉਸ ਵੇਲੇ ਬਣਦਾ ਸੀਗਾ, ਪਰ ਮੈਂ ਹੁਣ ਇਹਨਾਂ ਨੂੰ ਪੁੱਛ ਲੈਂਦਾ, ਜਿਹੜੇ ਆਪਣੇ ਸਾਰਿਆਂ ਨੂੰ, ਬਾਕੀ ਸਰਬੱਤ ਖਾਲਸਾ ਵੇਲੇ ਸੰਗਤਾਂ ਦਾ ਕਿੰਨੀਆਂ ਭਾਵਨਾ ਸੀਗੀਆਂ, ਜਦੋਂ ਚੱਬੇ ਸਰਬੱਤ ਖਾਲਸਾ ਹੋਇਆ ਉੱਥੇ ਜਥੇਦਾਰ ਤਾਪੇ ਗਏ, ਉਹਨਾਂ ਜਥੇਦਾਰਾਂ ਦੇ ਕਿਰਦਾਰ ਤੁਹਾਡੇ ਸਾਹਮਣੇ ਹੈ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦਾਦੂਵਾਲ ਬਣਾਏ ਗਏ, ਬਣਾਏ ਗਏ, ਜੋ ਦਾਦੂਵਾਲ ਨੇ ਕਰਤੂਤਾਂ ਕੀਤੀਆਂ, ਜੋ ਦਾਦੂਵਾਲ ਨੇ ਬੀਜੇਪੀ ਨਾਲ ਸਾਂਝ ਪਾ ਕੇ ਸਿੱਖੀ ਦਾ ਨੁਕਸਾਨ ਕੀਤਾ, ਉਹ ਵੀ ਤਾਂ ਕਿ ਜਥੇਦਾਰ ਸੀ ਸੀ। ਜੋ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਸਰਕਾਰ ਕੋਲ ਵੇਚਿਆ, ਉਹ ਅਕਾਲ ਤਖ਼ਤ ਦਾ ਆਪਣੇ ਆਪ ਨੂੰ ਸਰਬੱਤ ਖਾਲਸੇ ਦਾ ਜਥੇਦਾਰ ਕਹਾਉਂਦਾ ਸੀ, ਉਹਨੇ ਗਲਤੀ ਕੀਤੀ, ਕੀਤੀ ਗਲਤੀ ਜੀ, ਉਹਨੂੰ ਕੋਈ ਪੁੱਛਣ ਨੂੰ ਤਿਆਰ ਨਹੀਂ। ਸਾਡੇ ਨੇ ਗਲਤੀ ਕੀਤੀ, ਸੰਸਥਾ ਨੇ ਹਟਾ ਤਾ, ਉਹ ਤਾਂ ਅੱਜ ਵੀ ਉਹਦੇ ਨਾਲ ਚਿਪਕੇ ਬੈਠੇ ਆ, ਚਿਪਕੇ ਬੈਠੇ ਆ। ਅਮਰੀਸ਼ ਸਿੰਘ ਅਜਨਾਲਾ ਉਹ ਜਥੇਦਾਰ ਬਣਾਇਆ ਸੀ, ਉਹ ਜਥੇਦਾਰ ਛੱਡ ਕੇ ਬੈਠ ਗਏ, ਉਹ ਕਹਿੰਦੇ ਬੰਦੇ ਸਹੀ ਨਹੀਂ ਹੈਗੇ। ਇਸ ਕਰਕੇ ਕੇਵਲ ਸਵਾਲ ਸਾਡੇ 'ਤੇ ਰਾਜਨੀਤਿਕ ਤੌਰ 'ਤੇ ਦੋਸ਼ ਲਾਏ ਜਾ ਰਹੇ ਆ,
ਬਈ ਇਹਨਾਂ ਨੂੰ ਰਾਜਨੀਤਿਕ ਤੌਰ 'ਤੇ ਲਿਜਾ ਕੇ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪੰਦੇ ਹੋਟਲ ਨੂੰ ਖਤਮ ਕੀਤਾ ਜਾਵੇ, ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ, ਤੁਸੀਂ ਮੈਨੂੰ ਗੱਲ ਦੱਸੋ, ਦੁਨੀਆਂ 'ਚ ਕਿਤੇ ਭੀੜ ਪੈਂਦੀ ਆ ਸਿੱਖਾਂ ਦੇ ਉੱਤੇ, ਸਾਡਾ ਨਾਰਾ ਕੌਣ ਮਾਰਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ? ਕਿਸੇ ਡੇਰੇ ਨੇ ਕਦੇ ਮਾਰਿਆ? ਮਾਰਿਆ ਕਿਸੇ ਦਿੱਲੀ ਕਮੇਟੀ ਨੇ ਕਦੇ ਮਾਰਿਆ? ਆਹ ਜਿਹੜੀ ਹੁਣ ਹਰਿਆਣੇ 'ਚ ਖੋਤੀ ਕਮੇਟੀ ਬਣਾਈ ਆ ਤੋੜ ਕੇ ਸਿੱਖ ਸ਼੍ਰੋਮਣੀ ਕਮੇਟੀ ਤਾਕਤ ਕਮਜ਼ੋਰ ਕਰਨ ਲਈ, ਉਹਨਾਂ ਨੇ ਕਦੇ ਸਾਡਾ ਨਾਰਾ ਮਾਰਿਆ? ਕਈ ਮਾਮਲਿਆਂ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਵੀ ਨਹੀਂ ਬੋਲਦੀ ਜੀ। ਕਿਹੜੇ ਮਾਮਲੇ 'ਚ ਨਹੀਂ ਬੋਲੀ ਜੀ? ਜਿਹੜੀ ਕਈ ਹੁਣ ਉਹ ਗਰੀਬ ਵਿਚਾਰੇ ਨੇ, ਉੱਥੇ ਮੈਂ ਆਪਾਂ ਪਿੱਛੇ ਹੀ ਮੁੱਦਾ ਚੁੱਕਿਆ ਜੀ, ਦੱਸੋ ਕਿਹੜਾ? ਉਹ ਆਈਸਕ੍ਰੀਮ ਦੀ ਲਗਾਉਣੀ ਸੀਗੀ, ਉਹਨਾਂ ਰੇਹੜੀ ਵਿਚਾਰੇ ਨੇ, ਗਰੀਬ ਨੇ ਜੀ, ਹਾਂਜੀ ਹੋਲੇ ਮਹੱਲੇ ਦੇ ਦਿਨਾਂ ਦੇ, ਹਾਂਜੀ ਦੱਸੋ, ਮੈਂ ਕਹਿੰਦੇ ਜੀ 20,000 ਰੁਪਇਆ ਦੇ ਦਿਓ ਜੀ, ਉਹ ਕਹਿੰਦਾ ਮੈਂ ਤਾਂ 6 ਕਰੋੜ ਦਾ ਠੇਕਾ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਹੋਇਆ ਜੀ। ਮੈਂ ਜਵਾਬ ਦਿੰਦਾ ਜੀ, ਹਾਂਜੀ ਮੈਂ ਤਾਂ ਮੈਂ ਬਾਈ ਦਲੀਲ ਜਵਾਬ ਦਊਂਗਾ ਜੀ, ਕਿਉਂਕਿ ਮੈਂ ਉਸ ਸੰਸਥਾ ਦਾ ਮੈਂਬਰ ਹਾਂ, ਸੇਵਾਦਾਰ ਜੀ। ਜਾਂ ਤਾਂ ਸਾਰੇ ਮੈਂ ਅੱਜ ਕਹਿਣਾ, ਇਸ ਦਾਅਵੇ ਨਾਲ ਕਹਿਣਾ, ਅਸੀਂ ਆਉਂਦੇ ਸਾਲ 'ਤੇ ਠੇਕੇ 'ਤੇ ਨਹੀਂ ਦੇਵਾਂਗੇ ਜੀ। ਸਾਰੇ ਦੁਕਾਨਦਾਰ ਇੱਕ ਗੱਲ ਲਿਖ ਕੇ ਦੇ ਦੇਣ ਕਿ ਜਿੰਨੇ ਦੀ ਚੀਜ਼ ਆਉਂਦੀ ਆ ਅਸੀਂ 10% ਤੋਂ ਵੱਧ ਮੁਨਾਫਾ ਨਹੀਂ ਲਵਾਂਗੇ। ਠੀਕ ਹੈ, ਠੀਕ ਹੈ ਨਾ। ਜਦ ਮੁਨਾਫਾ ਤਾਂ ਲੈਣਾ ਮੈਂ 100% ਦੁੱਗਣਾ, ਜੇ ਵਿੱਚੋਂ ਮੈਂ 2,000 ਦਿੰਦੇ ਚੀਕਦਾ ਜੀ, ਡਬਲ ਪੈਮਾਨਾ ਨਹੀਂ ਹੋਣਾ ਚਾਹੀਦਾ। ਅਸੀਂ ਇਹਨਾਂ ਨੂੰ 10 ਵਾਰੀ ਅਪੀਲ ਕੀਤੀ ਆ, ਮੈਂ ਜਦੋਂ ਮੈਂਬਰ ਸੀਗਾ ਮੈਂ ਇਹਨਾਂ ਨੂੰ ਬੁਲਾ ਬੁਲਾ ਕੇ ਮੀਟਿੰਗਾਂ ਕੀਤੀਆਂ, ਪੁੱਛ ਲਓ ਜਾ ਕੇ ਉੱਥੇ ਸੁਖਬੀਰ ਬਾਦਲ ਸਾਹਿਬ ਆਪਣੇ ਹੋਟਲ ਦੇ ਉੱਤੇ ਲਿਖ ਕੇ ਦੇ ਦੇਣਗੇ ਜੀ ਇਹੀ? ਤੁਸੀਂ ਮੇਰੀ ਗੱਲ ਵੀ ਮੈਂ 10% ਮੁਨਾਫਾ ਲਊਗਾ ਜੀ? ਸੁਖਬੀਰ ਦਾ ਹੋਟਲ 7 ਲੱਖ ਦਾ ਹੋਟਲ ਦਾ ਕਮਰਾ ਜੀ ਕਿਰਾਏ ਤੇ? ਸੁਣੋ ਮੇਰੀ ਗੱਲ ਜੀ, ਸੁਖਬੀਰ ਸਿੰਘ ਬਾਦਲ ਦਾ ਹੋਟਲ, ਹਾਂਜੀ, ਉਹਦੀ ਨਿੱਜੀ ਪ੍ਰੋਪਰਟੀ ਸਾਡਾ ਗੁਰੂ ਘਰ ਆ। ਮੈਂ ਗੱਲ ਸੁਣੋ ਮੇਰੀ ਗੱਲ, ਸੜਕ ਦੇ ਉੱਤੇ ਤਾਂ ਗੁਰੂ ਘਰ ਦੀ ਨਹੀਂ ਪ੍ਰੋਪਰਟੀ, ਗੁਰੂ ਘਰ ਵੀ ਗੁਰੂ ਦਾ ਜਿਹੜੀ ਪ੍ਰੋਪਰਟੀ ਗੁਰੂ ਘਰ ਦੇ ਵਿੱਚ ਹੈਗੀ ਆ। ਸੋ ਪਹਿਲਾਂ ਪੂਰੀ ਗੱਲ ਸੁਣੋ, ਹਾਂਜੀ, ਮੈਂ ਇਹਨਾਂ ਲੋਕਾਂ ਨੂੰ ਬੁਲਾ ਬੁਲਾ ਕੇ ਮੀਟਿੰਗਾਂ ਕੀਤੀਆਂ ਜੀ, ਤੁਹਾਨੂੰ ਫ੍ਰੀ ਜਗ੍ਹਾ ਦੇਣੀ, ਤੁਹਾਤੇ ਕੋਈ ਕਿਰਾਇਆ ਨਹੀਂ ਲਊਗਾ, ਮੈਨੂੰ ਇੰਸ਼ੋਰ ਕਰੋ, ਆਹ ਬੱਚੇ ਦੀ ਖਿਡੌਣੇ ਦੀ ਕਾਰ 100 ਰੁਪਏ ਦੀ ਆਈ, ਮੈਂ 10 ਦੀ ਵੇਚੂੰਗਾ ਜੀ। ਉਹ ਵੇਚਣ ਨੂੰ ਤਿਆਰ ਨਹੀਂ। ਜੇ ਮੈਂ ਗੁਰੂ ਘਰ 'ਤੇ ਰਾਹਤ ਲੈਣੀ ਆ ਤਾਂ ਮੈਂ ਜਿਹੜੀ ਸੰਗਤ ਨੂੰ ਵੀ ਰਾਹਤ ਦੇਣ ਦਾ ਪਾਬੰਦ ਹੈ ਕਿ ਨਹੀਂ ਹੈ? ਹੈ ਕਿ ਨਹੀਂ ਹੈ? ਬਿਲਕੁਲ, ਅਸੀਂ ਵੀ ਚਾਹੁੰਦੇ ਨਹੀਂ ਨਾ ਲੁੱਟੋ। ਮੈਂ ਕਹਿੰਦਾ ਇਹੀ, ਅਸੀਂ ਇਹੀ ਗੱਲ ਕਹਿੰਦੇ ਹਾਂ ਬਈ ਇਹਨਾਂ ਲੋਕਾਂ ਨੂੰ ਅਸੀਂ 6 ਕਰੋੜ, ਮੈਂ ਸ਼੍ਰੋਮਣੀ ਗੁਰਦੁਆਰਾ, ਮੈਂ ਬਤੌਰ ਇੱਕ ਸਾਬਕਾ ਮੈਂਬਰ ਜੀ, ਮੈਂ ਪ੍ਰਧਾਨ ਸਾਹਿਬ ਦੇ ਵਿਸ਼ਵਾਸ 'ਤੇ ਗੱਲ ਕਹਿਣਾ ਜੀ ਕਿ ਮੈਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿੰਨੀਆਂ ਫੜੀ ਰੇਹੜੀਆਂ ਹੈਗੀਆਂ, ਜੇ ਇਹ ਦੋਸ਼ ਲਾਉਂਦੇ ਆ ਵੀ 6 ਕਰੋੜ ਦਾ ਠੇਕਾ ਹੋਇਆ, ਅਸੀਂ 6 ਕਰੋੜ ਦਾ 6 ਕਰੋੜ ਮਾਫ਼ ਕਰਾਵਾਂਗੇ। ਠੀਕ ਹੈ, ਪਰ ਇਹ ਮਾਦਾ ਕਰਨ ਜੇ 100 ਦੀ ਚੀਜ਼ 110 ਦੀ ਵੇਚਣ ਦੇ ਸੰਗਤ ਨੂੰ, ਜੇ ਉਹ ਆ ਗਏ ਜੀ ਸਾਡੇ ਕੋਲ ਵਾਅਦਾ ਕਰਨ ਦੇ, ਮੈਂ ਕਿਹਾ ਆਉਂਦੇ ਨਹੀਂ ਜੀ, ਅੱਛਾ ਨਹੀਂ ਆਉਣਗੇ ਜੀ, ਨਹੀਂ ਆਉਣਗੇ। ਮੈਂ 10 ਮੀਟਿੰਗਾਂ ਕਰ ਲਈਆਂ, ਕੋਈ ਬੰਦਾ ਮੰਨਣ ਨੂੰ ਤਿਆਰ ਨਹੀਂ ਇਸ ਗੱਲ ਨੂੰ, ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ। ਕੋਲਡ ਡਰਿੰਕ ਦੀ ਬੋਤਲ ਕਿੰਨੇ ਦੀ ਆਉਂਦੀ ਆ? 20 ਰੁਪਏ ਦੀ ਜੀ। 20 ਦੀ? ਉੱਥੇ 40 ਦੀ ਵੇਚੀ ਜਾਂਦੀ ਹੈ, ਉਹ ਸੰਗਤ ਦੀ ਲੁੱਟ ਨਹੀਂ ਜੀ? ਲੁੱਟ ਹੈ ਕਿ ਨਹੀਂ ਹੈ? ਲੁੱਟ ਹੈ। ਉਹ ਇਹ ਕਹਿੰਦੇ ਆ ਵੀ ਸਾਨੂੰ ਤਾਂ ਕਰਨਾ ਪੈਂਦਾ, ਅਸੀਂ 20,000 ਰੁਪਇਆ ਮੰਜਾ ਲਾ ਕੇ। ਮੈਂ ਕਿਹਾ ਜੀ ਡੇਰੇ ਤਾਂ, ਸੁਣੋ ਮੇਰੀ ਗੱਲ ਜੀ, ਇੱਕ ਵਾਰ ਫ੍ਰੀ ਕਰਕੇ ਦੇਖੋ, ਜੇ ਲੁੱਟ ਹੁੰਦੀ ਹੋਈ ਵੀ ਕਰ ਲਿਓ ਤੁਸੀਂ। ਸੁਣੋ ਮੇਰੀ ਗੱਲ ਜੀ, ਉਹਨਾਂ ਨੂੰ ਕਹਿ ਲਿਆ ਬਈ ਤੁਸੀਂ 20 ਦੀ ਬਾਹਰ 20 ਦੀ ਵਿਕਦੀ, ਉਹ ਵੀ ਕਮਾਉਂਦਾ ਨਾ ਜੀ, ਤੁਸੀਂ 20 ਦੀ ਵੇਚੋ, ਤੁਹਾਨੂੰ ਜਗ੍ਹਾ ਫ੍ਰੀ ਦਿੰਦੇ ਆ, ਕੋਈ ਵੇਚਣ ਨੂੰ ਤਿਆਰ ਨਹੀਂ। ਤੁਸੀਂ 100 ਦੀ ਕਾਰ ਆਉਂਦੀ ਬੱਚਿਆਂ ਦੀ, ਬੱਚੇ ਨਾਲ ਆਉਂਦੇ ਆ, ਮਾਂ ਦੇ ਗਲ ਪੈਂਦੇ ਆ, ਕਿਸੇ ਕੋਲ ਗੁੰਜਾਇਸ਼ ਹੁੰਦੀ, ਕਿਸੇ ਕੋਲ ਨਹੀਂ ਹੁੰਦੀ ਜੀ। ਮੈਂ ਤਾਂ ਜਦ ਮਾਂ ਦੇ ਪੈਂਦਾ ਗੁਰੂ ਘਰ 'ਚ ਆਇਆ ਬੱਚਾ ਰੋਂਦਾ, ਮਾਂ ਦਾ ਹਿਰਦਾ ਪਿੰਗਲਦਾ, ਉਹਦੀ ਜੇਬ 'ਚ 2 ਸਾਲ ਲਾਉਣ ਦੀ ਗੁੰਜਾਇਸ਼ ਨਹੀਂ ਹੈਗੀ, ਪਰ ਮਾਂ ਫਿਰ ਵੀ 2 ਸਾਲ ਲਾ ਰਹੀ ਆ। ਜੇ ਮਾਂ ਨੂੰ ਕਿਸੇ 10 ਦੀ ਦੇਣ ਨੂੰ ਤਿਆਰ ਹੋਵੇ, ਮੈਂ ਇਹਨਾਂ ਠੇਕਾ ਛਡਾਉਣ ਨੂੰ ਤਿਆਰ ਹਾਂ। ਸੰਗਤ ਦੀ ਲੁੱਟ ਇਹਨਾਂ ਨੂੰ ਵੀ ਬੰਦ ਕਰਨੀ ਚਾਹੀਦੀ ਆ, ਕੇਵਲ ਇਹਨਾਂ ਨੂੰ ਆਪਣੇ ਘਰ ਇਹ ਤਾਂ ਰੌਲਾ ਪਾ ਲੈਂਦੇ ਆ ਕਿ ਅਸੀਂ 20,000 ਮੰਜੇ ਦਿੰਦੇ ਹਾਂ, ਕਦੇ ਇਹਨਾਂ ਨੇ ਕਿਹਾ ਜੀ ਮੈਂ ਤਾਂ 100 ਦੀ ਚੀਜ਼ 200 ਨੂੰ ਵੇਚਣਾ ਜੀ?
ਮੈਂ ਸਾਊਦੀ ਪੁੱਛਿਓ ਇਹਨਾਂ ਨੂੰ ਸਵਾਲ ਕਰ ਲਿਓ ਇਹਨਾਂ ਨੂੰ ਜਿਹੜੇ ਬੈਠੇ 'ਚ ਸਾਡੇ ਹੀ ਆ, ਆਪਣੇ ਭਾਈਚਾਰੇ ਦੇ ਹੋਣੇ ਆ, ਗੈਰ ਭਾਈਚਾਰੇ ਦੇ ਵੀ ਹੋ ਸਕਦੇ, ਕੋਈ ਵੀ ਹੋ ਸਕਦੀ ਹੈ, ਕਿ ਉਹ ਬਿਜ਼ਨਸਮੈਨ ਆ। ਇਹਨਾਂ ਨੂੰ ਪੁੱਛਿਓ, ਸਵਾਲ ਕਰਿਓ ਬਈ ਤੁਹਾਨੂੰ ਸੰਗਤ ਨੂੰ ਜਿੰਨੀ ਚੀਜ਼ ਆਈ ਆ, ਤੁਸੀਂ ਇਮਾਨਦਾਰੀ ਨਾਲ ਆਪਣੇ ਬੱਚਿਆਂ ਦੀ ਕਸਮ ਖਾ ਕੇ 10% ਪ੍ਰੋਫਿਟ ਲੈ ਕੇ, 10% ਪ੍ਰੋਫਿਟ ਬਹੁਤ ਹੁੰਦਾ, ਉੱਥੇ ਬਚਦਾ ਤਾਂ ਹੀ ਲੈਂਦੇ ਨਾ। ਜੇ ਇਹਨਾਂ ਨੂੰ ਬਚਦਾ ਹੀ ਨਾ ਹੋਵੇ, ਮੈਨੂੰ ਵਪਾਰ 'ਚ ਘਾਟਾ ਪੈਂਦਾ, ਵਪਾਰ ਕਰੂੰਗਾ। ਤੁਸੀਂ ਚੈਨਲ ਚਲਾ ਰਹੇ ਆ, ਜੇ ਚੈਨਲ 'ਚ ਘਾਟਾ ਪਵੇ ਤੁਸੀਂ ਚੈਨਲ ਚਲਾਓਗੇ? ਕਦੇ ਨਹੀਂ ਚਲਾਉਂਦੇ। ਜੇ ਉਹਨਾਂ ਨੂੰ ਉਹ 'ਚ ਵੀ ਪ੍ਰੋਫਿਟ ਆ, ਪਰ ਸਾਨੂੰ ਬਦਨਾਮ ਕਰਨ ਲਈ, ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਨੂੰ ਬਦਨਾਮ ਕਰਨ ਲਈ ਉਹ ਕੀਤਾ ਜਾਂਦਾ। ਅੱਜ ਬੜੀਆਂ ਵੀਡੀਓ ਚੱਲਦੀਆਂ, ਸਾਨੂੰ ਸਰਾਂ 'ਚ ਕਮਰਾ ਨਹੀਂ ਮਿਲਿਆ ਜੀ, ਚੱਲਦੀਆਂ ਨਾ, ਬਥੇਰੇ ਆ ਕੇ ਚਲਾਉਂਦੇ ਆ, ਉਹ ਘਰ 'ਤੇ ਮੱਥਾ ਟੇਕਣ ਹੀ ਨਹੀਂ ਆਉਂਦੇ। ਮੱਥਾ ਟੇਕਣ ਦੀ ਭਾਵ ਨਾਲ ਤਾਂ ਜਿਹੜਾ ਆਉਂਦਾ ਨਾ, ਉਹ ਤਾਂ ਇਹ ਕਹਿੰਦਾ ਕਰਦੇ ਸੱਚੇ ਪਾਤਸ਼ਾਹ ਤੇਰੇ ਦਰ ਆ ਗਿਆ, ਚਾਹੇ ਰਾਤ ਭੁੰਜੇ ਸੌਣਾ ਪੈ ਜਾਵੇ, ਚਾਹੇ ਕਮਰੇ 'ਚ ਪੈ ਜਾਵੇ, ਤੇਰਾ ਸ਼ੁਕਰ ਆ। ਪਰ ਇੱਥੇ ਤਾਂ ਅਸੀਂ ਦਿਖਾਉਣ ਆਉਂਦੇ ਹਾਂ ਬਈ ਜੀ, ਸਾਨੂੰ ਤਾਂ ਕਮਰਾ ਨਹੀਂ ਮਿਲਿਆ। ਅਨੰਦਪੁਰ ਸਾਹਿਬ 800 ਕਮਰਾ, 10 ਤੋਂ 12 ਹਜ਼ਾਰ ਸੰਗਤ ਰੋਜ਼ ਰੁਕਦੀ ਹੈ। ਕੋਈ ਵੱਡਾ ਲੀਡਰ ਭੁੰਜੇ ਪਿਆ ਨਹੀਂ ਦੇਖਿਆ ਜੀ? ਮੇਰੀ ਗੱਲ ਜੀ, ਮੈਂ ਮੰਨ ਲਈ ਤੁਹਾਡੀ ਗੱਲ ਜੀ, ਵੱਡਾ ਭੁੰਜੇ ਨਹੀਂ ਪਿਆ, ਵੱਡਾ ਵੀਡੀਓ ਵੀ ਨਹੀਂ ਬਣਾਉਂਦਾ। ਔਰ ਵੀਡੀਓ ਤਾਂ ਬਣਾਉਂਗਾ ਜੀ, ਭੁੰਜੇ ਪਊਗਾ ਜੀ। ਮੈਂ ਜਦੋਂ ਵੀ ਤੁਹਾਡੀ ਗੱਲ ਦਾ ਜਵਾਬ ਦੇਣ ਲਿਆ, ਮੇਰੇ ਕੋਲ ਹਰੇਕ ਗੱਲ ਦਾ ਜਵਾਬ, ਕਿਉਂਕਿ ਜਿਹੜਾ ਗਰਾਊਂਡ 'ਤੇ ਕੰਮ ਜਿਹਨੇ ਕੀਤਾ ਹੁੰਦਾ ਉਹਦੇ ਕੋਲ ਜਵਾਬ ਹੁੰਦੇ। ਜੀ ਜੀ ਜੀ। ਹੁਣ ਸਾਡਾ ਅਸੂਲ ਕੀ ਬਣ ਗਿਆ? 4 ਮੈਂਬਰ ਆਏ ਜੀ, 4 ਬੈੱਡ ਦਾ ਕਮਰਾ, ਇੱਕ ਪਰਿਵਾਰ ਦੇ 2 ਬੱਚੇ ਆ, 2 ਮੀਆਂ ਬੀਬੀ ਆ ਜੀ, ਕੀ ਉਹਨਾਂ ਦਾ ਇੱਕ ਕਮਰੇ 'ਚ ਗੁਜ਼ਾਰਾ ਰਾਤ ਨਹੀਂ ਗੁਜ਼ਾਰੀ ਜਾ ਸਕਦੀ? ਜਦ ਬੈੱਡ 4 ਲੱਗੇ ਆ ਜੀ, ਜੇ 4 ਨਾ ਹੋਣ, ਜੇ 2 ਵੀ ਹੋਣ, ਗੁਰੂ ਘਰ ਆਏ, ਕਮਰਾ ਮਿਲ ਗਿਆ, ਸ਼ੁਕਰ ਹੈ ਕਿ 2 'ਚ ਹੀ ਰਾਤ ਗਿਆ ਲਈ, ਬੱਚੇ ਹੀ ਆ ਮੇਰੇ ਨਾਲ, ਬਿਲਕੁਲ, ਚਾਹੇ ਬੱਚਾ ਛੋਟਾ ਚਾਹੇ ਵੱਡਾ, ਬਿਲਕੁਲ ਸਹੀ ਹੈ। ਮੰਗ ਕੀ ਕਰਦੇ ਆ ਜਾ ਕੇ? ਬਹੁਤੇ ਜੀ, ਬਹੁਤ ਗਿਣਤੀ 'ਚ, ਮੈਂ ਦੁਬਾਰਾ ਫਿਰ ਕਹਿੰਦਾ ਬਹੁਤ ਗਿਣਤੀ 'ਚ ਜੀ ਜੀ, ਗੁੱਸਾ ਨਾ ਮੇਰੀ ਗੱਲ ਦਾ, ਮੇਰੇ ਨਾਲ ਜਦ ਮਰਜ਼ੀ ਕਰ ਲੈਣਾ, ਸਾਰੇ ਨਹੀਂ, ਕੁਛ ਪਰਸੈਂਟ ਦੀ ਗੱਲ ਕਰਦੇ ਹਾਂ, ਕੁਛ ਪਰਸੈਂਟ ਹਾਂਜੀ, ਆ ਕੇ ਕਹਿਣਗੇ ਜੀ ਪਰਿਵਾਰ ਆਇਆ ਜੀ, ਕਮਰੇ 2 ਚਾਹੀਦੇ ਜੀ, ਕਿੰਨੇ ਜੀ ਆ ਜੀ? 4 ਆ। ਕੌਣ ਕੌਣ ਆ ਜੀ? 2 ਮੇਰੇ ਬੱਚੇ ਆ ਜੀ, 2 ਅਸੀਂ ਆ ਜੀ। ਸਾਡੇ ਬੱਚਿਆਂ ਨੂੰ ਸਾਡੇ ਨਾਲ ਸੌਣ ਦੀ ਆਦਤ ਨਹੀਂ, ਇਸ ਕਰਕੇ ਕਮਰੇ 2 ਚਾਹੀਦੇ। ਸੰਗਤਾਂ ਦੀ ਮੰਗ ਆ ਇਹ, ਲੋਕਾਂ ਦੀ ਜਿਹੜੀ ਹੈਗੀ ਆ, ਅਸੀਂ ਸਰਾਵਾਂ ਨੂੰ ਹੋਟਲ ਵਾਂਗੂ ਵਰਤਣਾ ਚਾਹੁੰਦੇ ਹਾਂ। ਗਲਤ ਆ ਜੀ ਇਹ ਗੱਲ, ਇਹ ਗਲਤ ਆ ਨਾ, ਬਿਲਕੁਲ ਗਲਤ, ਇਹ ਹੋ ਰਿਹਾ ਹੈ। ਅਸੀਂ ਪ੍ਰੈਕਟੀਕਲ ਆ, ਰੋਜ਼ ਫੋਨ ਆਉਂਦੇ ਆ, ਅਸੀਂ ਅੰਮ੍ਰਿਤਸਰ ਪਹੁੰਚ ਗਏ ਹਾਂ ਜੀ, 2 ਕਮਰੇ 2 ਮੈਂਬਰ ਕਿੰਨੇ? 4 ਜੀ। ਅਸੀਂ ਪੁਰਾਣੇ ਜ਼ਮਾਨੇ 'ਚ ਜੀ ਸੰਗਤਾਂ ਮਹੀਨਾ ਮਹੀਨਾ ਦਰਬਾਰ ਸਾਹਿਬ ਰਹਿੰਦੀਆਂ ਸੀ, ਸੰਗਤਾਂ ਕੇਸਗੜ੍ਹ ਸਾਹਿਬ ਮਹੀਨਾ ਮਹੀਨਾ ਰਹਿੰਦੀਆਂ ਸੀ, ਕੋਈ ਸਰਾਵਾਂ ਦਾ ਇੰਤਜ਼ਾਮ ਵੀ ਬਹੁਤਾ ਵੱਡਾ ਨਹੀਂ ਸੀ ਹੁੰਦਾ, ਉਸ ਵੇਲੇ ਸ਼ਕਰਾਂਜੇ 'ਚ ਰਾਤ ਗੁਜ਼ਾਰਦੀਆਂ ਸੀਗੀਆਂ। ਔਰ ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜਾ ਏਸੀ ਥੱਲੇ ਪੈਣ ਲੱਗ ਗਿਆ, ਜਿਸ ਬੰਦੇ ਨੇ ਏਸੀ ਥੱਲੇ ਸੌਂ ਲਿਆ, ਉਹ ਸਵੇਰੇ ਅੰਮ੍ਰਿਤ ਵੇਲੇ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ। 10% ਕਰ ਸਕਦੇ ਆ, 90% ਆਲਸੀ ਉੱਥੇ ਪਏ ਰਹਿੰਦੇ ਆ। ਜਿਹੜਾ ਬੰਦਾ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਰਾਤ ਕੱਟੂਗਾ, ਉਹ ਸਵੇਰੇ ਅੰਮ੍ਰਿਤ ਵੇਲੇ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਸਵਾਰੀ ਚੱਲਦੀ ਆ ਮਹਾਰਾਜ ਦੀ, ਉਹਦੇ ਵਿੱਚ ਸ਼ਾਮਿਲ ਹੋ ਸਕਦਾ। ਪਰ ਅਸੀਂ ਤਾਂ ਹੋਟਲ ਵਾਂਗੂ ਜਾਂਦੇ ਹਾਂ, ਫਿਰ ਉੱਥੇ ਹੋਰ ਵੀ ਗੱਲਾਂ ਹੁੰਦੀਆਂ ਕਿ ਸਾਨੂੰ ਸਾਬਣ ਨਹੀਂ ਮਿਲਿਆ ਜੀ, ਸਾਨੂੰ ਤੌਲੀਆ ਨਹੀਂ ਮਿਲਿਆ ਜੀ, ਸਾਨੂੰ ਫਲਾਣਾ ਨਹੀਂ ਮਿਲਿਆ।
ਐਡਾ ਬੜਾ ਪ੍ਰਬੰਧ ਆ ਯਾਰ, ਉਹ ਘਰ ਦੇ ਵਿੱਚ 10 ਮਹਿਮਾਨ ਵੱਧ ਆ ਜਾਂਦੇ ਆ, ਘਰ ਦੇ ਪ੍ਰਬੰਧ ਨੂੰ ਫਿਕਰ ਪੈ ਜਾਂਦਾ। ਔਰ ਉਹ ਵੀ ਸਾਡਾ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ, ਇੱਕ ਗੱਲ ਸਮਝ ਲਿਓ, ਇੱਥੇ ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ, ਇਹ ਕੋਈ ਬੁਕਿੰਗ ਨਹੀਂ ਹੈਗੀ ਵੀ ਕਿੰਨੇ ਬੰਦਿਆਂ ਨੇ ਆਉਣਾ। 100 ਵੀ ਆ ਜਾਂਦਾ, 1000 ਵੀ ਆ ਜਾਂਦਾ, ਕਮਰੇ ਤਾਂ ਜੇ 100 ਆ 100 ਹੀ ਰਹਿਣੇ ਨਾ। ਜੇ 1000 ਆ ਗਿਆ, ਜਿਹਨੂੰ ਨਹੀਂ ਮਿਲਿਆ ਉਹਨੇ ਤਾਂ ਭਾਈ ਰੌਲਾ ਪਾਉਣਾ ਹੀ ਪਾਉਣਾ, ਪਰ ਉਹ ਇਹ ਭੁੱਲ ਜਾਂਦਾ ਕਿ ਮੈਂ ਗੁਰੂ ਦੇ ਦਰ 'ਤੇ ਗੁਰੂ ਦਾ ਆਸ਼ੀਰਵਾਦ ਲੈਣੇ, ਉਹ ਆਸ਼ੀਰਵਾਦ ਲੈਣਾ ਭੁੱਲ ਜਾਂਦਾ। ਉਹ ਆਪਣੀ ਹਉਮੈ ਨੂੰ ਪੱਠੇ ਪਾ ਕੇ ਸਾਡੀ ਬਦਨਾਮੀ ਕਰਦਾ। ਬਦਨਾਮੀ ਕੌਣ ਸਾਡੀ ਨਹੀਂ ਹੁੰਦੀ, ਸੰਸਥਾ ਦਾ ਅੱਜ ਪ੍ਰਬੰਧਕ ਕਿਸੇ ਵੇਲੇ ਮੈਂ ਸੀਗਾ, ਅੱਜ ਮੇਰੀ ਜਗ੍ਹਾ ਹੋਰ ਹੈ, ਕੱਲ੍ਹ ਨੂੰ ਕੋਈ ਹੋਰ ਆ ਸਕਦਾ, ਪਰ ਉਹ ਸੰਸਥਾ ਦੀ ਬਦਨਾਮੀ ਕਰਕੇ ਕੌਮ ਦੀ ਇਹ ਲੋਕ ਬਦਨਾਮੀ ਕਰਦੇ ਆ। ਜਿਹੜੀ ਕੌਮ ਦੀ ਬਦਨਾਮੀ ਹੁੰਦੀ ਆ ਉਹ ਦੁਨੀਆਂ 'ਚ ਕੌਮ ਨੂੰ ਸ਼ਰਮਸ਼ਾਰ ਹੋਣਾ ਪੈਂਦਾ। ਉੱਥੇ ਜਗਦੀਪ ਸਿੰਘ ਵੀ ਸ਼ਰਮਸ਼ਾਰ ਹੋਣਾ ਪੈਂਦਾ, ਉੱਥੇ ਸੁਖਵਿੰਦਰ ਸਿੰਘ ਵੀ ਸ਼ਰਮਸ਼ਾਰ ਹੋਣਾ ਪੈਂਦਾ, ਉੱਥੇ ਦਰਬਾਰਾ ਸਿੰਘ ਵੀ ਹੋਊਗਾ, ਉੱਥੇ ਸਤਨਾਮ ਸਿੰਘ ਵੀ ਸ਼ਰਮਸ਼ਾਰ, ਦਲਜੀਤ ਸਿੰਘ ਵੀ ਸ਼ਰਮਸ਼ਾਰ ਹੋਣਾ ਪਊਗਾ। ਇਸ ਕਰਕੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀਰੋ, ਜੇ ਤੁਸੀਂ ਕੌਮ ਨੂੰ ਸਮਰਪਿਤ ਹੋ, ਜੇ ਤੁਸੀਂ ਕੌਮੀ ਤੁਹਾਡੇ ਜਜ਼ਬਾ ਏ, ਸੰਸਥਾਵਾਂ 'ਚ ਉਣਤਾਈਆਂ ਹੋ ਸਕਦੀਆਂ, ਢੱਕਣ ਦੀ ਕੋਸ਼ਿਸ਼ ਕਰਿਆ ਕਰੋ ਜਿੱਥੇ ਤੱਕ ਹੁੰਦਾ। ਅਕਾਲੀ ਦਲ ਦਾ ਨੁਕਸਾਨ ਅੱਜ ਹੋਇਆ ਕੱਲ੍ਹ ਨੂੰ ਭਰਪਾਈ ਹੋ ਜਾਊਗੀ, SGP ਦਾ ਨੁਕਸਾਨ ਹੋਇਆ ਕੱਲ੍ਹ ਨੂੰ ਹੋ ਸਕਦਾ, ਕੌਮ ਇਕੱਠੀ ਹੋ ਕੇ ਕਰ ਸਕਦੀ ਆ, ਪਰ ਜਿਹੜਾ ਕੌਮ ਦਾ ਨੁਕਸਾਨ ਅੱਜ ਹੋ ਗਿਆ ਉਹ ਕੱਲ੍ਹ ਨੂੰ ਪੂਰਾ ਨਹੀਂ ਹੋ ਸਕਦਾ। ਇਸ ਕਰਕੇ ਮੈਂ ਕੌਮ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਨਿਵਾਣਾ ਸੇਵਕ ਬਣ ਕੇ। ਮੈਨੂੰ ਹੁਣ ਤੁਹਾਡੇ ਵੀਡੀਓ ਜਿਹਨਾਂ ਨੇ ਦੇਖਣੀ ਆ, ਪਤਾ ਨਹੀਂ ਮੈਨੂੰ ਕਿੰਨਿਆਂ ਨੇ ਮਾਂ ਦੀਆਂ ਗਾਲਾਂ ਕੱਢੀਆਂ, ਕਿੰਨੇ ਨੇ ਭੈਣਾਂ ਦੀ ਗਾਲਾਂ, ਕਿੰਨੇ ਨੇ ਗਦਾਰ ਕਹਿਣਾ, ਕਿਸੇ ਨੇ ਬਾਲ ਦਾ ਕੁਛ ਕਹਿਣਾ, ਕਿਸੇ ਨੇ ਕੁਛ ਕਹਿਣਾ, ਪਰ ਗੱਲ ਰੱਖਣੀ ਸਾਡਾ ਫਰਜ਼ ਬਣਦਾ। ਕਮੈਂਟਾਂ 'ਤੇ ਡਰ ਕੇ ਜਿਹੜਾ ਬੰਦਾ ਜ਼ਿੰਦਗੀ ਜੀਊਗਾ ਉਹ ਬੰਦਾ ਜ਼ਿੰਦਗੀ ਜੀਊ ਨਹੀਂ ਸਕਦਾ। ਹਮੇਸ਼ਾ ਇਮਾਨਦਾਰੀ ਨਾਲ ਸੱਚ ਦੇ ਖੜ ਕੇ ਪਹਿਰਾ ਦਿਓ, ਜ਼ਿੰਦਗੀ ਜੀਓ, ਕਿਉਂਕਿ ਲੇਖੇ ਇਕੱਲੇ ਇੱਥੇ ਨਹੀਂ ਦੇਣੇ ਪੈਣੇ, ਹਿਸਾਬ ਇਕੱਲਾ ਇੱਥੇ ਨਹੀਂ ਹੋਣਾ, ਉਹ ਦਰਗਾਹ 'ਚ ਵੀ ਹਿਸਾਬ ਜਾ ਕੇ ਹੋਣਾ, ਉਸ ਪਰਮਾਤਮਾ ਦਰਗਾਹ ਜਿੱਥੇ ਮਹਾਰਾਜ ਮੇਰੇ ਬਾਣੀ ਕਹਿੰਦੇ ਮਹਾਰਾਜ ਬਾਣੀ ਲੇਖਾ ਰੱਬ ਮੁਕੇਸ਼ੀ ਆ, ਉੱਥੇ ਜਾ ਕੇ ਬੈਠਾ ਕੱਢ ਵਾਹੀ, ਉੱਥੇ ਜਾ ਕੇ ਵੀ ਲਿਖੇ ਆ, ਅਸੀਂ ਉਹਨਾਂ ਲਈ ਵੀ ਚਾਹੁੰਦੇ ਹਾਂ। ਮੈਂ ਦਾਅਵੇ ਨਾਲ ਕਹਿਣਾ, ਗੁਰਿੰਦਰ ਸਿੰਘ ਬਹੁਤ ਨੇ ਗਾਲਾਂ ਕੱਢਣੀਆਂ, ਪਰ ਸਾਡੇ ਵਰਗੇ ਬਣ ਕੇ ਦਿਖਾ ਦਿਓ। 40 ਸਾਲ ਹੋ ਗਏ ਰਾਜਨੀਤੀ ਕਰਦਿਆਂ ਨੂੰ, ਸੈਂਕੜਿਆਂ ਦਾ ਭਲਾ ਕਰਿਆ ਹੋਊਗਾ, ਸੈਂਕੜਿਆਂ ਦੇ ਦੁੱਖ ਵਿੱਚ ਗਿਆ ਹੋਊਗਾ, ਸੈਂਕੜਿਆਂ ਦਾ ਸਾਥ ਦਿੱਤਾ ਹੋਊਗਾ, ਸੈਂਕੜਿਆਂ ਦੀ ਖੁਸ਼ੀ ਸ਼ਾਮਿਲ ਹੋਇਆ ਹੋਊਗਾ। ਅੱਜ ਤੱਕ ਕੋਈ ਇੱਕ ਬੰਦਾ ਕਹਿ ਦੇਵੇ ਕਿ ਮੈਂ ਕਿਸੇ 'ਤੇ 1 ਰੁਪਏ ਦਾ ਕਦੇ ਚਾਹ ਦਾ ਕੱਪ ਵੀ ਪੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪਣੇ ਇਲਾਕੇ ਦਾ 100 ਦੇ ਕਰੀਬ ਨੌਜਵਾਨ ਮੈਂ ਭਰਤੀ ਕਰਾਇਆ ਵਾ, ਮੈਨੂੰ 1 ਨੌਜਵਾਨ ਵੀ ਕਹਿ ਦੇਵੇ ਕਿ ਗੁਰਿੰਦਰ ਸਿੰਘ ਸਾਡਾ ਮੈਂਬਰ ਸੀ, ਇਹਨੇ ਗੁਰਦੁਆਰੇ ਦੇ ਚਾਹ ਦਾ ਕੱਪ ਵੀ ਪੀਤਾ, ਇਹਨੇ ਸਾਡੇ ਕੋਲੋਂ 2000 ਰੁਪਇਆ ਵੀ ਲਿਆ, ਅਸੀਂ ਮਠਿਆਈ ਇਹਦੇ ਘਰ ਲੈ ਕੇ ਗਏ ਸੀ, ਇਹਨੇ ਮਠਿਆਈ ਵੀ ਰੱਖੀ ਆ, ਇੱਕ ਬੰਦਾ ਕਹਿ ਦੇਵੇ। ਹਜ਼ਾਰਾਂ ਦੀਆਂ ਸਰਕਾਰੀ ਬਦਲੀਆਂ ਕਰਾਈਆਂ ਹੋਣਗੀਆਂ, ਕਿਸੇ ਦਾ ਕੋਈ ਕੰਮ ਕਿਸੇ ਨੂੰ ਜੇਲ੍ਹ 'ਚੋਂ ਛੁਡਾਇਆ ਹੋਊਗਾ, ਕੋਈ ਬੰਦਾ ਕਹਿ ਦੇਵੇ ਜੀ ਮਠਿਆਈ ਲੈ ਕੇ ਗਏ ਅਤੇ ਸਾਡੀ ਮਠਿਆਈ ਰੱਖ ਲਈ। ਪਰ ਗਾਲਾਂ ਇੱਥੇ ਕੌਮ ਦੇ ਵਿੱਚ ਜਿਹੜੇ ਫੇਸਬੁੱਕੀ ਬੈਠੇ ਆ, ਜਿਨ੍ਹਾਂ ਦਾ ਕੰਮ ਆ ਸ਼ੂਗਰ ਮੇਲਾ, ਜਿਨ੍ਹਾਂ ਨੇ ਬਲਵੰਤ ਸਿੰਘ ਰਾਜੋ ਆਉਣ ਵਰਗੇ ਨੂੰ ਨਹੀਂ ਛੱਡਦੇ, ਉਹ ਗਾਲਾਂ ਤਾਂ ਜੀ ਹੁਣ ਅਸੀਂ ਕਿਹਦੇ ਮੈਂ ਇਹੀ ਗੱਲ ਜਗਦੀਪ ਮੈਂ ਉਹੀ ਗੱਲ ਕਹਿਣਾ, ਫੇਸਬੁੱਕੀਆਂ 'ਤੇ ਡਰ ਕੇ ਨਾ ਜੀਓ, ਇਹਨਾਂ ਦਾ ਕੰਮ ਹੈ ਦੂਜੇ ਦੇ ਕੰਮ 'ਤੇ ਈਰਖਾ ਕਰਨੀ, ਉੱਠਿਆ ਨਾ ਜਾਏ ਆਪ 'ਤੇ ਫਿੱਟੇ ਮੂੰਹ ਗੋਡਿਆਂ ਦੇ।
ਆਪਣੀ ਗੱਲ ਰੱਖੋ, ਆਪਣਾ ਕਰਮ ਕਰੋ। ਤੁਹਾਡੇ ਕਰਮ ਦੇ ਵਿੱਚ ਤੁਹਾਡੀ ਵਿਸ਼ਵਾਸ, ਤੁਹਾਡੀ ਦ੍ਰਿੜਤਾ, ਤੁਹਾਡਾ ਲੋਕਾਂ ਦਾ ਭਲਾ ਹੈ ਜਿਹੜਾ ਹੋਣਾ ਚਾਹੀਦਾ, ਫਿਰ ਪ੍ਰਵਾਹ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼੍ਰੋਮਣੀ ਅਕਾਲੀ ਦਲ ਤੋਂ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਜੀ, ਜਿਹੜੇ ਇੰਨੀ ਦਿਨੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਨਾਲ ਪ੍ਰਚਾਰ ਦੇ ਵਿੱਚ ਵੀ ਲੱਗੇ ਹੋਏ ਨੇ। ਪਰ ਹੁਣ ਵੇਖਣਾ ਹੋਊਗਾ ਵੀ ਇਸ ਸੀਟ ਤੋਂ, ਹਾਲਾਂਕਿ ਵਿਰੋਧੀਆਂ ਦੇ ਜਿੰਨੇ ਵੀ ਸਵਾਲ ਸੀਗੇ, ਹਾਲਾਂਕਿ ਪ੍ਰੋਫੈਸਰ ਸਾਹਿਬ ਨੂੰ ਵੀ ਕਰਨੇ ਬਣਦੇ ਸੀਗੇ, ਪਰ ਇਹ ਵੀ ਉਸ ਹੱਦ ਤੱਕ ਦਮ ਰੱਖਦੇ ਨੇ, ਰਾਜਨੀਤੀ ਦੀ ਸਮਝ ਰੱਖਦੇ ਨੇ, ਉਹ ਸਵਾਲ ਉਹਨਾਂ ਨੂੰ ਕੀਤੇ ਆ। ਪਰ ਹੁਣ ਵੇਖਣਾ ਹੋਊਗਾ ਵੀ ਆਲ ਓਵਰ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੰਨੀਆਂ ਸੀਟਾਂ ਲੈ ਕੇ ਜਾਂਦਾ, ਜਾਂ ਫਿਰ ਕਿਹੜੀ ਪਾਰਟੀ ਕਿੱਥੇ ਕੁ ਖੜਦੀ ਹੈ, ਇਹ ਜਦੋਂ 4 ਜੂਨ ਨੂੰ ਰਿਜ਼ਲਟ ਆਊਗਾ ਉਦੋਂ ਪਤਾ ਲੱਗੂ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬ ਜੋਤ ਚੈਨਲ।